ਸਾਰੇ ਦਰਸ਼ਕਾਂ ਨੂੰ ਮੇਰੇ ਵੱਲੋਂ ਪਿਆਰ ਭਰੀ ਸਸਰੀਕਾਲ ਤੁਹਾਡਾ ਸਵਾਗਤ। ਪ੍ਰੋਗਰਾਮ ਅੱਜ ਦਾ ਮੁੱਦਾ ਦੇ ਵਿੱਚ ਮੈਂ ਤੁਹਾਡੀ ਹੋਸਟ ਆਸ਼ਮਤਾ ਸਾਰਿਆਂ ਨੂੰ ਇਸ ਪ੍ਰੋਗਰਾਮ ਦੇ ਵਿੱਚ ਸਵਾਗਤ ਕਰਦੇ ਆ। ਅਮ ਅੱਜ ਮੈਂ ਤੋਰ ਨਾਲ ਲੇਕੇ ਹੋਇਆ ਟੌਪਿਕ ਲੈ ਕੇ ਆਈਆਂ ਜੋ ਸਾਨੂੰ ਸਾਡੇ ਇਸ ਮੈਂ ਕਹਾਂਗੀ ਜੋ ਸਾਡਾ ਨਵਾਂ ਜਿੱਥੇ ਆਪਾਂ ਨਵਾਂ ਇੱਕ ਹੋਮ ਬਣਾਇਆ ਇੱਥੇ ਆ ਕੇ ਵਸਿਆ ਇੱਥੇ ਇੱਕ ਵੱਡੀ ਪ੍ਰੋਬਲਮ ਜੋ ਅਮ ਪਿਛਲੇ ਕੁਝ ਡੈਕੇਡਸ ਤੋਂ ਬਨ ਰਹੀ ਹੈ ਉਭਰ ਰਹੀ ਹੈ ਵੱਧ ਰਹੀ ਹੈ ਉਹਦੀ ਮੈਂ ਅੱਜ ਤੁਹਾਡੇ ਨਾਲ ਗੱਲ ਕਰਨਾ ਚਾਹੁੰਦੀ ਆ ਅਮ ਇਸ ਕੰਟਰੀ ਦੇ ਵਿੱਚ ਇੱਕ ਇਤਿਹਾਸ ਰਿਹਾ ਹੈ ਆ ਭਾਵੇਂ ਉਹ ਰੇਸਿਜ਼ਮ ਦਾ ਕਹਿ ਲੋ ਭਾਵੇਂ ਉਹ ਮਾਈਨੋਰਿਟੀਆਂ ਜਾਂ ਇਮੀਗ੍ਰੈਂਟਸ ਦੇ ਖਿਲਾਫ ਕੁਝ ਸੈਂਟੀਮੈਂਟਸ ਕੁਝ ਐਟੀਟਿਊਡਸ ਮਾਈਂਡਸੈਟ ਕਹਿ ਲੋ ਅਮ ਬਟ ਜੋ ਅਮਰੀਕਾ ਦੀ ਲੈਗੇਸੀ ਹੈ ਜੋ ਅਮਰੀਕਾ ਦੀ ਡੈਫੀਨੀਸ਼ਨ ਹੈ ਅਮਰੀਕਾ ਦੀ ਜੋ ਸਟਰੈਂਥ ਹੈਗੀ ਉਹ ਇਨ ਚੀਜ਼ਾਂ ਤੋਂ ਉੱਠ ਕੇ ਹੈ ਇਨ ਫੈਕਟ ਅਮਰੀਕਾ ਦੀ ਜੋ ਸਭ ਤੋਂ ਵੱਡੀ ਸਟਰੈਂਥ ਹੈਗੀ ਉਹ ਇਹ ਡੈਮੋਕ੍ਰੇਸੀ ਹੈਗੀ ਇਸ ਡੈਮੋਕ੍ਰੇਸੀ ਦੇ ਖਾਤਰ ਅਮਰੀਕਾ ਨੇ ਕਿਸ ਕਿਸ ਮੁਲਕ ਦੇ ਵਿੱਚ ਜਾ ਕੇ ਜੰਗਾਂ ਨਹੀਂ ਲੜੀਆਂ ਇਸ ਡੈਮੋਕ੍ਰੇਸੀ ਦੇ ਖਾਤਰ ਅਮਰੀਕਾ ਨੂੰ ਦੁਨੀਆ ਵਿੱਚ ਮੰਨਿਆ ਜਾਂਦਾ ਹੈ ਦੁਨੀਆ ਦੀ ਸਭ ਤੋਂ ਪੁਰਾਣੀ ਡੈਮੋਕ੍ਰੇਸੀ ਲੇਕਿਨ ਜਦੋਂ ਇਹ ਡੈਮੋਕ੍ਰੇਸੀ ਅਮ ਜਦੋਂ ਇਸ ਡੈਮੋਕ੍ਰੇਸੀ ਤੇ ਅਟੈਕ ਹੁੰਦਾ ਹੈ ਉਸ ਵੇਲੇ ਸਾਨੂੰ ਸਾਰਿਆਂ ਨੂੰ ਮੈਂ ਕਵਾਂਗੀ ਚਿੰਤਕ ਹੋਣਾ ਚਾਹੀਦਾ ਹੈ ਸਾਨੂੰ ਸਾਰਿਆਂ ਨੂੰ ਫਿਕਰ ਹੋਣੀ ਚਾਹੀਦੀ ਹੈ ਬਿਕੋਜ਼ ਜਿਸ ਕਾਰਨ ਕਰਕੇ ਅਸੀਂ ਅਮਰੀਕਾ ਆਏ ਆ ਜਿਸ ਕਾਰਨ ਕਰਕੇ ਅਸੀਂ ਅਮਰੀਕਾ ਦੀ ਲਿਬਰਟੀਆਂ ਇੱਥੇ ਦੀ ਫ੍ਰੀडम ਨੂੰ ਇੰਜੋਏ ਕਰਦੇ ਆ ਲਕਜ਼ਰੀਜ਼ ਨੂੰ ਇੰਜੋਏ ਕਰਦੇ ਆ ਇਸ ਡੈਮੋਕ੍ਰੇਸੀ ਖਾਤਰ ਕਰਕੇ ਇੰਜੋਏ ਕਰਦੇ ਆ ਸੋ ਇਸ ਡੈਮੋਕ੍ਰੇਸੀ ਤੇ ਕੋਈ ਵੀ ਅਟੈਕ ਸਾਨੂੰ ਸਾਰਿਆਂ ਨੂੰ ਉਸ ਚੀਜ਼ ਦੀ ਪਰਵਾਹ ਹੋਣੀ ਚਾਹੀਦੀ ਸੋ ਇਹਦੇ ਬਾਰੇ ਮੈਂ ਅੱਜ ਤੁਹਾਡੇ ਨਾਲ ਗੱਲ ਕਰਨਾ ਚਾਹੁੰਦੀ ਆ ਇਨ ਫੈਕਟ ਆਮ ਡੈਟਰਿਜ਼ਮ ਨੂੰ ਲੈ ਕੇ ਤੁਹਾਨੂੰ ਸਾਰਿਆਂ ਨੂੰ ਪਤਾ ਹੋਣਾ ਹੈ ਯੂ نو ਇਸ ਮੁਲਕ ਦੇ ਵਿੱਚ ਸਭ ਤੋਂ ਵੱਡਾ ਟੈਰਰਿਸਟ ਅਟੈਕ ਸਪਟੈਂਬਰ 11 ਸੀਗਾ ਆਮ ਕਿੰਨੇ ਹਜ਼ਾਰਾਂ ਦੇ ਵਿੱਚ ਜਾਣਾ ਗਈਆਂ ਆਮ ਯੂ نو ਅਨਪ੍ਰੋਵੋਕਡ ਇਨੋਸੈਂਟ ਲੋਕੀ ਸਿਵਿਲੀਅਨਸ ਕੰਮ ਤੇ ਗਏ ਸੀ 에ਅਰਪਲੇਨ ਦੇ ਵਿੱਚ ਸੀਗੇ ਆਮ ਉਹਨਾਂ ਦੀ ਜਾਣਾ ਗਈਆਂ ਸੈਪਟੈਂਬਰ 11 ਦਾ ਜੋ ਅਟੈਕ ਸੀਗਾ ਉਹ ਅਮਰੀਕਾ ਦੀ ਡੈਮੋਕ੍ਰੇਸੀ ਦੇ ਖਿਲਾਫ ਅਟੈਕ ਸੀਗਾ ਬਾਹਰੋਂ ਹੋਇਆ ਇੰਟਰਨੈਸ਼ਨਲ ਟੈਰੋਰਿਜ਼ਮ ਤੁਸੀਂ ਉਹਨੂੰ ਕਹਿ ਸਕਦੇ ਹੋ ਬਰ ਵਾਟ ਅਬਾਊਟ ਡੋਮੈਸਟਿਕ ਟੈਰੋਰਿਜ਼ਮ ਜਦੋਂ ਕੰਟਰੀ ਦੇ ਵਿੱਚ ਹੀ ਇਹੋ ਜਿਹੇ ਟੈਰੋਰਿਸਟ ਅਟੈਕ ਹੁੰਦੇ ਆ ਕੰਟਰੀ ਦੇ ਖਿਲਾਫ ਇਸ ਕੰਟਰੀ ਦੇ ਡੈਮੋਕ੍ਰੇਸੀ ਦੇ ਖਿਲਾਫ ਉਹਨਾਂ ਨੂੰ ਕਿਸ ਤਰ੍ਹਾਂ ਸਾਨੂੰ ਹੈਂਡਲ ਕਰਨਾ ਚਾਹੀਦਾ ਅੱਜ ਸਾਡਾ ਇਹੀ ਮੁੱਦਾ ਹੋਏਗਾ ਅਨਫੋਰਚਨਟਲੀ ਯੂਨਾਈਟਿਡ ਸਟੇਟਸ ਦੇ ਵਿੱਚ ਇੱਕ ਜੋ ਨਵਾਂ ਫਰੇਜ਼ ਬਣਿਆ ਡੋਮੈਸਟਿਕ ਟਰੋਰਿਜ਼ਮ ਦਾ ਇਹ ਡੋਮੈਸਟਿਕ ਟਰੋਰਿਜ਼ਮ ਪ੍ਰੈਜ਼ੀਡੈਂਟ ਬੁਰਾਕ ਓਬਾਮਾ ਦੇ ਇਲੈਕਸ਼ਨ ਤੋਂ ਬਾਅਦ ਵੱਧ ਰਹੀ ਹੈ ਇਟ ਹੈਸ ਬੀਨ ਔਨ ਦਾ ਰਾਈਜ਼ ਬਟ ਪਿਛਲੇ 5 ਸਾਲਾਂ ਦੇ ਵਿੱਚ ਇਹ ਬਹੁਤ ਹੀ ਜ਼ਿਆਦਾ ਤੇਜ਼ੀ ਨਾਲ ਇਨਕਰੀਸ ਹੋਈ ਇਨਫੈਕਟ ਤੁਸੀਂ ਇੱਕ ਗ੍ਰਾਫ ਵੇਖ ਸਕਦੇ ਹੋ ਕਿਸ ਤਰ੍ਹਾਂ 1994 ਤੋਂ ਲੈ ਕੇ ਇਹ ਟੈਰਰਿਜ਼ਮ ਹੌਲੀ 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 ਵਧ ਰਹੀ ਸੀ ਪਿਛਲੇ 15 ਸਾਲਾਂ ਦੇ ਵਿੱਚ ਇਹ ਕਿੰਨੀ ਤੇਜ਼ੀ ਨਾਲ ਵਧੀ ਹੈ ਤੇ 2019 ਤੱਕ ਤੁਸੀਂ ਦੇਖ ਸਕਦੇ ਹੋ ਕਿੰਨਾ ਇਨਕਰੀਸ ਹੋਇਆ ਹੈ 2020 ਦੇ ਵਿੱਚ ਸਭ ਤੋਂ ਜ਼ਿਆਦਾ ਡੋਮੈਸਟਿਕ ਟੈਰਰਿਜ਼ਮ ਦੇ ਕੇਸਿਸ ਸੀਗੇ ਇਸ ਗ੍ਰਾਫ ਦੇ ਵਿੱਚ ਮੈਂ ਤੁਹਾਨੂੰ ਇੱਕ ਚੀਜ਼ ਸਪੈਸੀਫਿਕਲੀ ਦੱਸਣਾ ਚਾਹਣੀ ਹੈ ਇਹ ਗ੍ਰਾਫ ਜਿਹੜੀ ਇਨਫੋਰਮੇਸ਼ਨ ਹੈਗੀ ਇੱਕ ਕਲੈਕਟ ਕੀਤੀ ਗਈ ਸੀ ਬਾਏ ਦ ਸੈਂਟਰ ਫॉर ਸਟ੍ਰੈਟੈਜਿਕ ਐਂਡ ਇੰਟਰਨੈਸ਼ਨਲ ਸਟੱਡੀਜ਼ ਇੱਕ ਨਾਨ ਪਾਰਟਿਸਨ ਥਿੰਕ ਟੈਂਕ ਹੈਗਾ ਵਾਸ਼ਿੰਗਟਨ ਡੀਸੀ ਦੇ ਵਿੱਚ ਫੋਰਨ ਪੋਲਿਸੀ ਤੇ ਡੋਮੈਸਟਿਕ ਇਸ਼ੂਜ਼ ਦੀ ਰਿਸਰਚ ਕਰਦਾ ਹੈ ਉਹਨਾਂ ਨੇ ਇਹ ਡਾਟਾ ਕੱਢਿਆ ਇਸ ਗ੍ਰਾਫ ਦੇ ਵਿੱਚ ਇੱਕ ਬਹੁਤ ਇੰਪੋਰਟੈਂਟ ਚੀਜ਼ ਇੱਥੇ ਨੋਟ ਕਰਨ ਵਾਲੀ ਬਿਕਾਜ਼ ਡੋਮੈਸਟਿਕ ਟੈਰੋਰਿਜ਼ਮ ਵੀ ਇੱਕੋ ਜਿਹੀ ਨਹੀਂ ਹੁੰਦੀ ਉਹਦੇ ਵਿੱਚ ਵੀ ਵੱਖ-ਵੱਖ ਪੱਖ ਹੁੰਦੇ ਆ ਡੋਮੈਸਟਿਕ ਟੈਰੋਰਿਜ਼ਮ ਦੇ ਵਿੱਚ ਜਦੋਂ ਐਕਸਟ੍ਰੀਮ ਰਾਈਟ ਆਈਡੀਓਲੋਜੀ ਆ ਜਾਂਦੀ ਹੈ extreme right ideology white supremacy anti immigrant anti minority um anti other religious groups inanu ek extreme right wing ideology da naam ditta gaya hai white supremacy da naam ditta gaya jo tusi eh graph de vich yellow wale dots dekh rahe ho oh sare dots hai jo specifically extreme right wing terrorism attacks they planned attacks they dots So to see hor gornal vekh sakde ho specifically jo orange wale dots hage those have been all of the attacks of extreme right wing domestic terrorism in the united states is kis tarah lagde main I will tell you. but i want to tell you 2015 to leke aaj tak almost 300 right-wing attacks huihan is a country the is country the collapse. Country, is country this citizens will know resulting in almost 100 fatalities nabe dead people 91 fatalities as a result of these domestic terrorist attacks so your um, data haga sanuki does in fact a core recent report sanuki domestic terrorism case aj ਇਨਕਰੀਸ ਹੋ ਰਹੀ ਹੈ ਆਮ ਇਹ ਜੋ ਤੁਸੀਂ ਆਰਟੀਕਲ ਦੇਖ ਰਹੇ ਹੋ ਇਹ ਕੁਝ ਹਫ਼ਤਿਆਂ ਪਹਿਲੇ ਹੀ ਇੱਕ ਹੋਰ ਯੂਐਸ ਇੰਟੈਲੀਜੈਂਸ ਏਜੰਸੀ ਦੀ ਰਿਪੋਰਟ ਸ਼ੇਅਰ ਕਰਦਾ ਹੈ ਜੋ ਦੱਸਦੀ ਹੈ ਸਾਨੂੰ ਕਿੰਨੀ ਤੇਜ਼ੀ ਦੇ ਨਾਲ ਡੋਮੈਸਟਿਕ ਟੈਰਰਿਜ਼ਮ ਵਧ ਰਹੀ ਹੈ ਆਈ ਮੀਨ ਵਾਟ ਇਜ਼ ਦ ਡੈਫੀਨੇਸ਼ਨ ਆਫ ਡੋਮੈਸਟਿਕ ਟੈਰਰਿਜ਼ਮ ਲੈਟਸ ਲੁੱਕ ਐਟ ਥੈਟ ਰਾਈਟ ਆਮ ਬਿਕੋਜ਼ ਵਾਂਸ ਅਗੇਨ ਸਾਨੂੰ ਸਾਰਿਆਂ ਨੂੰ ਪਤਾ ਕਿ ਟੈਰਰਿਜ਼ਮ ਕੀ ਹੁੰਦੀ ਹੈ ਬਟ ਡੋਮੈਸਟਿਕ ਟੈਰਰਿਜ਼ਮ ਕੀ ਹੁੰਦੀ ਹੈ ਤੁਸੀਂ ਸਕਰੀਨ ਤੇ ਵੇਖ ਸਕਦੇ ਹੋ ਇਹ ਡੈਫੀਨੇਸ਼ਨ FBI ਦੀ ਵੈਬਸਾਈਟ ਲਿੱਤੀ ਗਈ ਹੈ ਦ ਫੈਰੋ ਬਿਊਰੋ ਆਫ ਇਨਵੈਸਟੀਗੇਸ਼ਨਸ ਉਹਨਾਂ ਦੇ ਮੁਤਾਬਿਕ ਡੋਮੈਸਟਿਕ ਟੈਰੋਰਿਜ਼ਮ ਕੋਈ ਵੀ ਵਾਇਲੈਂਟ ਕ੍ਰਿਮੀਨਲ ਐਕਟ ਹੁੰਦਾ ਹੈ ਆ ਜੋ ਕੋਈ ਐਂਟੀਟੀ ਜਾਂ ਇੰਡੀਵਿਜੂਅਲ ਕਰਦਾ ਹੈ ਕਿਸੇ ਦੇ ਖਿਲਾਫ ਬਟ ਇਹ ਇੱਕ ਆਈਡੀਓਲੋਜੀ ਦੇ ਨਾਲ ਜੁੜਿਆ ਹੋਇਆ ਅਟੈਕ ਹੁੰਦਾ ਹੈ ਇਹ ਦੇ ਪਿੱਛੇ ਡੋਮੈਸਟਿਕ ਇਨਫਲੂਐਂਸਸ ਹੁੰਦੇ ਆ ਭਾਵੇਂ ਉਹ ਪੋਲਿਟੀਕਲ ਹੋਣ ਰਿਲੀਜੀਅਸ ਹੋਣ ਐਂਡ ਇਹ ਅਟੈਕ ਵੀ ਉਨਹੀ ਚੀਜ਼ਾਂ ਦੇ ਖਿਲਾਫ ਹੁੰਦਾ ਹੈ political religious social racial ya environmental um but once again ek navi cheez hai jo um bahut tezi nal vad rahi hai um in fact tusi zarur suneya hona hai ki january 6th di jo uh, us capital washington dc te attack hoya si oh de baad us attack to baad intelligence agencies da ev can hai ki us attack de vich jide vich ਐਕਸਟ੍ਰੀਮ ਰਾਈਟ ਵਿੰਗ ਆ ਵਾਈਟ ਸੁਪਰੇਮਿਸਿਸਟ ਆਈਡੀਓਲੋਜੀ ਦੇ ਨਾਲ ਜੁੜੇ ਹੋਏ ਲੋਕੀ ਸੀਗੇ ਉਸ ਅਟੈਕ ਤੋਂ ਬਾਅਦ ਉਹ ਜੋ ਆਈਡੀਓਲੋਜੀ ਹੈ ਜੋ ਸਾਰੇ ਫਾਲੋਅਰਸ ਹੈਗੇ ਉਸ ਆਈਡੀਓਲੋਜੀ ਦੇ ਉਹਨਾਂ ਨੂੰ ਹੋਰ ਵੀ ਜਿੱਦਾਂ ਕਹਿੰਦੇ ਨਾ ਹੌਸਲਾ ਉਹਨਾਂ ਦਾ ਹੋਰ ਬੁਲੰਦ ਹੋ ਗਿਆ ਹੈ ਕਿ ਅਗਰ ਅਸੀਂ ਯੂ ਐਸ ਕੈਪੀਟਲ ਦੇ ਵਿੱਚ ਪਹੁੰਚ ਸਕਦੇ ਹਾਂ ਸਾਡਾ ਅਟੈਕ ਉੱਥੇ ਤੱਕ ਜਾ ਸਕਦਾ ਹੈ ਤੇ ਆਪਾਂ ਕੀ ਕੁਝ ਨਹੀਂ ਕਰ ਸਕਦੇ ਆਮ ਸੋ ਇਹ ਇੱਕ ਬਹੁਤ ਯੂ نو ਇਹ ਬਹੁਤ ਇੱਕ ਕਨਸਰਨਿੰਗ ਸਰਦਲੇ ਸਿਚੁਏਸ਼ਨ ਹੋਣੀ ਚਾਹੀਦੀ ਹੈ ਜਨੂਅਰੀ 6 ਦੇ ਅਟੈਕ ਨੂੰ ਲੈ ਕੇ ਜੋ ਕਮਿਸ਼ਨ ਰੱਖੀ ਗਈ ਹੈ ਉਹਦੀ ਪਹਿਲੀ ਹੀਅਰਿੰਗ ਸੀਗੀ ਕੱਲ ਉਸ ਹੀਅਰਿੰਗ ਦੇ ਵਿੱਚ ਕੁਝ ਪੁਲਿਸ ਆਫੀਸਰਸ ਦੀ ਟੈਸਟੀਮੋਨੀ ਲਿਤੀਆਂ ਗਈਆਂ ਇਹ ਪੁਲਿਸ ਆਫੀਸਰਸ ਕੈਪੀਟਲ ਪੁਲਿਸ ਆਫੀਸਰਸ ਐਂਡ ਕੁਝ ਹੋਰ ਲਾਅਨ ਐਨਫੋਰਸਮੈਂਟ ਜੋ ਉਸ ਅਟੈਕ ਦੇ ਦੌਰਾਨ ਕੈਪੀਟਲ ਬਿਲਡਿੰਗ ਵਿੱਚ ਸੀਗੇ ਜਿਨ੍ਹਾਂ ਨੇ ਆਪਣੀ ਜਾਨ ਖਤਰੇ 'ਚ ਪਾ ਕੇ ਸਾਡੇ ਲਾਅ ਮੇਕਰਸ ਦੀ ਜਾਨ ਬਚਾਈ ਉਹਨਾਂ ਨੇ ਆਪਣੀ ਟੈਸਟੀਮੋਨੀ ਦਿੱਤੀ ਕਿ ਕਿਸ ਤਰ੍ਹਾਂ ਕਿੰਨੇ ਮਤਲਬ ਇੱਕ ਵਾਰ ਲਾਈਕ ਇੱਕ ਮਤਲਬ ਉਹਨਾਂ ਨੇ ਕਿਹਾ ਇੱਕ ਜੰਗ ਸੀਗੀ ਬੈਟਲ ਸੀਗੀ ਸਾਨੂੰ ਲੱਗ ਰਿਹਾ ਸੀ ਕਿ ਸਾਡੀ ਜਾਨ ਨਹੀਂ ਬਚਣੀ ਅੱਜ ਇੰਨੇ ਯੂ نو ਖੁੰਦਕ ਚ ਇੰਨੇ ਗੁੱਸੇ ਚ ਇਹ ਸਾਰੇ ਲੋਕੀ ਆਏ ਸਾਨੂੰ ਮਾਰਨ ਆਏ ਸੀ ਇਹਨਾਂ ਦੇ ਕੋਲ ਹਥਿਆਰ ਸੀਗੇ ਮਾਰਨ ਆਏ ਸੀ ਸਾਨੂੰ um so you know all of these things a aaj just sade topic te kis tarah sanu leke aunde because domestic terrorism sirf uh, government buildings de khilaf nahi hunda domestic terrorism jadon itthe rehne wale jo is mulk de vich itthe de citizens itthe de participating tax paying residents nu bhi attack hunda hai oh bhi kisam di domestic terrorism hai main gal kar riya indian nepalis de vich jo fedex facility di shooting hui si ਉਹਦੇ ਬਾਰੇ ਕੁਝ ਅਪਡੇਟਸ ਅੱਜ ਨਾਲ ਮੈਂ ਸ਼ੇਅਰ ਕਰਨਾ ਚਾਹੁੰਦੀ ਆ ਕਿs ਤਰ੍ਹਾਂ ਲਾਅ ਐਨਫੋਰਸਮੈਂਟ ਨੇ ਉਸ ਅਟੈਕ ਤੇ ਉਸ ਅਟੈਕਰ ਨੂੰ ਆ ਕਲਾਸੀਫਾਈ ਕੀਤਾ ਹੈ ਕਿ ਉਹਦੇ ਵਿੱਚ ਰੈਸ਼ੀਅਲ ਬਾਇਸ ਉਹਨਾਂ ਨੂੰ ਮਿਲੀ ਕੀ ਉਹਦੇ ਵਿੱਚ ਉਹਨਾਂ ਨੇ ਡੋਮੈਸਟਿਕ ਟਰੋਰਿਜ਼ਮ ਡਿਕਲੇਅਰ ਕੀਤੀ ਕੀ ਉਹਨਾਂ ਦੀ ਫਾਈਂਡਿੰਗ ਸੀਗੀ ਅੱਜ ਉਹਨਾਂ ਦੀ ਇੱਕ ਬਹੁਤ ਇੰਪੋਰਟੈਂਟ ਪ੍ਰੈਸ ਕਾਨਫਰੰਸ ਹੋਈ ਇਨ ਐਨੈਪਲਿਸ ਵਿੱਚ ਸਾਡੀ ਟੀਮ ਉੱਥੇ ਪਹੁੰਚੀ ਸੀ ਤੇ ਕੁਝ ਸਾਡੀ ਕਮਿਊਨਿਟੀ ਦੀ ਇਸ ਤਰ੍ਹਾਂ ਦੀ ਆਰਗੇਨਾਈਜ਼ੇਸ਼ਨਸ ਜੋ ਹਮੇਸ਼ਾ ਕਮਿਊਨਿਟੀ ਦੇ ਹੱਕ ਲਈ ਲੜਦੇ ਉਹ ਵੀ ਪਹੁੰਚੇ ਸੀ ਉਹਨਾਂ ਦੇ ਨਾਲ ਗੱਲ ਕਰਾਂਗੇ ਇੱਥੇ ਇੱਕ ਛੋ ਵਾਸਾਈ ਦਾ ਸਵਾਗਤ ਹੈ ਤੁਸੀਂ ਦੇਖ ਰਹੇ ਹੋ ਪ੍ਰੋਗਰਾਮ ਅੱਜ ਦਾ ਮੁੱਦਾ ਤੇ ਗੱਲ ਹੋ ਰਹੀ ਹੈ ਆ ਇਸ ਕੰਟਰੀ ਦੇ ਵਿੱਚ ਜੋ ਇੱਕ ਬਹੁਤ ਵੱਡੀ ਮੈਂ ਕਵਾਂਗੀ ਇੱਕ ਕੈਂਸਰ ਦੀ ਤਰ੍ਹਾਂ ਚੀਜ਼ ਫੈਲ ਰਹੀ ਹੈ ਕਿੰਨੇ ਸਾਲਾਂ ਤੋਂ ਪ੍ਰੈਜ਼ੀਡੈਂਟ ਬੁਰਾਕ ਓਬਾਮਾ ਦੇ ਇਲੈਕਸ਼ਨ ਤੋਂ ਬਾਅਦ ਆ ਇਸ ਚੀਜ਼ ਦਾ ਸਾਨੂੰ ਜ਼ਿਆਦਾ ਵੱਡੇ ਲੈਵਲ ਤੇ ਇੱਕ ਰਾਈਜ਼ ਵੇਖਣ ਨੂੰ ਮਿਲਿਆ ਮੈਂ ਗੱਲ ਕਰ ਰਹੀ ਹਾਂ ਡੋਮੈਸਟਿਕ ਟੈਰੋਰਿਜ਼ਮ ਦੀ ਜਿਸ ਤਰ੍ਹਾਂ ਤੁਹਾਨੂੰ ਦੱਸਿਆ ਸੀ ਡੋਮੈਸਟਿਕ ਟੈਰੋਰਿਜ਼ਮ ਵਰਸਸ ਜੋ ਰੈਗੂਲਰ ਇੰਟਰਨੈਸ਼ਨਲ ਟੈਰੋਰਿਜ਼ਮ ਜਿਹਦੇ ਨਾਲ ਅਸੀਂ ਸਾਰੇ ਵਾਕਿਅਬ ਹਨ ਉਹਦੇ ਵਿੱਚ ਕੀ ਕੁਝ ਫਰਕ ਹੈਗੇ ਤੇ ਕਿਸ ਤਰ੍ਹਾਂ ਡੋਮੈਸਟਿਕ ਟੈਰੋਰਿਜ਼ਮ ਇੱਕ ਕੈਂਸਰ ਦੀ ਤਰ੍ਹਾਂ ਅੱਜ ਅਮਰੀਕਾ ਨੂੰ ਮੈਂ ਕਹਾਂਗੀ ਬਿਮਾਰ ਕਰ ਰਹੀ ਹੈ 네ਗੇਟਿਵਲੀ ਇੰਪੈਕਟ ਕਰ ਰਹੀ ਹੈ ਇਹਦੇ ਵੱਖ-ਵੱਖ ਐਗਜ਼ੈਪਲਸ ਸਾਨੂੰ ਵੇਖਣ ਨੂੰ ਮਿਲਦੇ ਆ ਬਟ ਇੱਕ ਐਗਜ਼ਾਮਪਲ ਪਾਵੇਂ ਅਫੀਸ਼ੀਅਲ ਤੌਰ ਤੇ ਇਸ ਚੀਜ਼ ਨੂੰ ਡਿਕਲੇਅਰ ਨਾ ਹਲੇ ਤੱਕ ਨਹੀਂ ਕੀਤਾ ਗਿਆ ਅਸੀਂ ਇਹ ਵੀ ਕਹਿ ਸਕਦੇ ਹਾਂ ਕਿ ਜਦੋਂ ਕੋਈ ਵੀ ਇੱਕ ਸਿਟੀਜ਼ਨਿਕ ਨਾਗਰਿਕ ਇੱਕ ਮੁਲਕ ਦਾ ਨਾਗਰਿਕ ਬਾਕੀ ਸਿਟੀਜ਼ਨਸ ਦੇ ਖਿਲਾਫ ਕਿਸੇ ਵੀ ਰਿਲੀਜੀਅਸ ਰੈਸ਼ਲ ਸੋਸ਼ਲ ਪੋਲਿਟੀਕਲ ਬਾਇਸ ਕਰਕੇ ਉਹਨਾਂ ਦੇ ਖਿਲਾਫ ਐਕਸ਼ਨ ਲੈਂਦਾ ਹੈ ਤੇ ਉਹਨੂੰ ਵੀ ਤੁਸੀਂ ਡੋਮੈਸਟਿਕ ਟਰੋਰਿਜ਼ਮ ਕਹਿ ਸਕਦੇ ਹੋ ਬਟ ਵਟ ਅਬਾਊਟ ਜਦੋਂ ਉਸ ਐਕਸ਼ਨ ਨੂੰ ਲਾਅ ਐਨਫੋਰਸਮੈਂਟ ਇਸ ਤਰ੍ਹਾਂ ਨਹੀਂ ਰੈਕਗਨਾਈਜ਼ ਕਰਦੀ ਉਹਦੇ ਕੀ ਇੰਪੈਕਟਸ ਹੁੰਦੇ ਆ ਕਮਿਊਨਿਟੀ ਤੇ ਪੂਰੇ ਕੰਟਰੀ ਤੇ ਤੇ ਆਉਣ ਵਾਲੇ ਸਮੇਂ ਦੇ ਵਿੱਚ ਕਿਸ ਤਰ੍ਹਾਂ ਉਹ ਹੋਰ ਅੱਗ ਦਿੰਦੀ ਹੈ ਇਸ ਤਰ੍ਹਾਂ ਦੀ ਡੋਮੈਸਟਿਕ ਟੈਰੋਰਿਜ਼ਮ ਨੇ ਇਹਦੀ ਗੱਲ ਕਰਨ ਲਈ ਤੇ ਕੁਝ ਬਹੁਤ ਇੰਪੋਰਟੈਂਟ ਅਪਡੇਟਸ ਸਾਡੇ ਨਾਲ ਸ਼ੇਅਰ ਕਰਨ ਲਈ ਸਾਨੂੰ ਜੁਆਇਨ ਕਰਿਆ ਪ੍ਰੋਗਰਾਮ ਦੇ ਵਿੱਚ ohio ਤੋਂ assess kar assess ਜੀ ਤੁਹਾਨੂੰ ਪ੍ਰੋਗਰਾਮ ਦੇ ਵਿੱਚ ਸਵਾਗਤ ਸਤਿ ਸ਼੍ਰੀ ਅਕਾਲ ਨਤਿਰ ਕਾ ਲਸ਼ਮੀ ਦਾ ਥੈਂਕ ਯੂ ਗੁੱਡ ਟੂ ਹੈਵ ਯੂ ਅ ਸੀ ਸਕੋਰ ਆਫ ਕੌਰਸ ਦੀ ਲੀਗਲ ਕਲੈਂਟ ਐਂਡ ਕਮਿਊਨਿਟੀ ਸਰਵਿਸਿਸ ਮੈਨੇਜਰ ਫ্রম ਸਿੱਖ ਕੋਲੀਸ਼ਨ ਅਮ ਅਸੀ ਜੀ ਤੁਸੀਂ ਸਾਡੇ ਪ੍ਰੋਗਰਾਮ ਦੇ ਵਿੱਚ ਅਮ ਲਗਾਤਾਰ ਜੁੜਦੇ ਰਹਿੰਦੇ ਹੋ ਤੇ ਸਿੱਖ ਕੋਲੀਸ਼ਨ ਵੱਲੋਂ ਹਮੇਸ਼ਾ ਅਮ ਸਾਡੇ ਵਿਊਅਰਸ ਨੂੰ ਇੰਪੋਰਟੈਂਟ ਜਾਣਕਾਰੀ ਇਨਫੋਰਮੇਸ਼ਨ ਗਾਈਡੈਂਸ ਮਿਲਦੀ ਹੈ ਉਹਨਾਂ ਦੇ ਸਿਵਲ ਤੇ ਲੀਗਲ ਲਿਬਰਟੀਆਂ ਬਾਰੇ ਸੋ ਆਮ ਸੋ ਗਲੈਡ ਕਿ ਅੱਜ ਤੁਸੀਂ ਜੁੜੇ ਹੋ ਬਿਕੋਜ਼ ਸਪੈਸੀਫਿਕਲੀ ਅੱਜ ਇੱਕ ਬਹੁਤ ਇੰਪੋਰਟੈਂਟ ਪ੍ਰੈਸ ਕਾਨਫਰੰਸ ਹੋਈ um indianapolis ਦੇ ਵਿੱਚ fedex ਦੀ ਫੈਸਿਲਿਟੀ ਦੇ ਵਿੱਚ ਕੁਝ ਮਹੀਨਿਆਂ ਪਹਿਲੇ ਇੱਕ ਬਹੁਤ ਹੀ 트ੈਜਿਕ ਸ਼ੂਟਿੰਗ ਜਿਹਦੇ ਵਿੱਚ ਅ ਅੱਠ ਜਾਨਾਂ ਗਈਆਂ ਇਨ ਦਾ ਫੈਸਿਲਿਟੀ ਉਹਨਾਂ ਦੇ ਵਿੱਚੋਂ ਚਾਰ ਸਾਡੀ ਕਮਿਊਨਿਟੀ ਤੋਂ ਪੰਜਾਬੀ ਸਿੱਖ ਕਮਿਊਨਿਟੀ ਤੋਂ ਇੰਡੀਆਨਾਪੋਲਿਸ ਦੀ ਅਨਫੋਰਚਨਟਲੀ ਵਿਕਟਮ ਸੀਗੇ ਐਂਡ ਅੱਜ ਉੱਥੇ ਦੇ ਲਾਅ ਐਨਫੋਰਸਮੈਂਟ ਅਫੀਸ਼ੀਅਲਸ ਨੇ ਇੱਕ ਪ੍ਰੈਸ ਕਾਨਫਰੰਸ ਰੱਖੀ ਸੀ ਆਪਣੀ ਇਨਵੈਸਟੀਗੇਸ਼ਨ ਦੀ ਅਪਡੇਟਸ ਦੇਣ ਲਈ ਤੁਸੀਂ ਉੱਥੇ ਪ੍ਰੈਜ਼ెంట్ ਸੀਗੇ ਸਭ ਤੋਂ ਪਹਿਲੇ ਅਸੀਸ ਜੀ ਯੂ نو ਆਈ ਵਾਂਟ ਟੂ ਆਸਕ ਯੂ ਆ ਯੂ نو ਵਾਟ ਕੈਨ ਯੂ ਸ਼ੇਅਰ ਕੀ ਇਨ ਸਾਰੇ ਲਾਅ ਐਨਫੋਰਸਮੈਂਟ ਅਫੀਸ਼ੀਅਲਸ ਦੀ ਫਾਈਂਡਿੰਗਸ ਸਿਗੀਆਂ ਇਸ ਫੈਡੈਕਸ ਇੰਡੀਆ ਨੇਪਲਿਸ ਦੇ ਵਿੱਚ ਜੋ ਫੈਡੈਕਸ ਫੈਸਿਲਿਟੀ ਦੀ ਸ਼ੂਟਿੰਗ ਹੋਈ ਸੀ ਉਹਦੇ ਬਾਰੇ ਜਰੂਰ ਸੋ ਅੱਜ ਆਈ ਐਮ ਪੀ ਡੀ ਐਫ ਪੀ ਆਈ ਸੋ ਯੂ ਐਸ ਅਟਰਨੀਜ਼ ਆਫਿਸ ਕੋਲ ਹੋਏ ਹੈ ਪ੍ਰੈਸ ਕਾਨਫਰੈਂਸ ਕੀਤੀ ਗਈ ਸੀ ਸਾਰੇ ਨੂੰ ਅਪਡੇਟ ਕਰਨ ਨੇ ਵੀ ਕੀ ਚੱਲਦਾ ਪਿਆ ਸੀ ਪਿਛਲੇ ਕੁਝ ਮਹੀਨੇ ਤੇ ਹੁਣ ਉਹ ਕਹਿੰਦੇ ਨੇ ਵੀ ਉਹਨਾਂ ਦੀ ਇਨਵੈਸਟੀਗੇਸ਼ਨ ਖਤਮ ਹੋ ਚੁੱਕੀ ਹੈ aha indianapolis fedex the shooting they related The one of the hai bi attack hoyasi fedex the jehdi mass shooting hoyi si oho sigi an act of suicidal murder kalo matlab hebi bi oh uh, suicide vikarna karna chahunda si par nal nal, murder the killing the experience vich siga jehda shooter si ਸੋ ਉਹ ਨੂੰ ਇਸ ਤਰ੍ਹਾਂ ਨਾਲ ਲੇਬਲ ਕਰ ਰਹੇ ਨੇ ਪਰ ਨਾਲ ਉਹਨਾਂ ਨੇ ਆ ਵੀ ਕਿਹਾ ਵੀ ਆਹ ਜਿਹੜੀ ਸ਼ੂਟਿੰਗ ਸੀ ਉਹਨਾਂ ਦੇ ਖਿਆਲ ਵਿੱਚ ਕਿਸੇ ਵੀ ਪੀਡੀਆਲੋਜੀ ਜਾਂ ਯੂ ਨੋ ਪੇਦਪਾਪ ਜਾਂ ਨਫ਼ਰਤ ਕਾਰਨ ਨਹੀਂ ਹੋਈ ਸੀ ਤੇ ਉਹੋ ਨਾਲ ਆ ਵੀ ਕਹਿੰਦੇ ਸੀ ਵੀ ਜਿਹੜਾ ਸ਼ੂਟਰ ਸੀ ਸ਼ਾਇਦ ਉਹ ਮੈਂਟਲੀ ਐਲ ਵੀ ਹੋਏ ਤੇ ਉਹ ਆਪਣੀ ਮੈਸਕਿਉਲਿਨਿਟੀ ਮਰਦਾਨਗੀ ਵੀ ਦਿਖਾਣਾ ਚਾਹੁੰਦਾ ਸੀ ਵੀ ਹੋਣ ਤਾਂਨੇ ਕੰਮ ਕਰਨ ਜੋਗਾ ਹੈਗਾ ਆਪਣੀ ਕਪੇਬਿਲਿਟੀ ਦਿਖਾਣਾ ਚਾਹੁੰਦੇ ਸੀ ਇਹ ਅਟੈਕ ਦੇ ਥਰੂ ਸੀਸ ਜੀ ਇਹਦੇ ਵਿੱਚ ਤੁਸੀਂ ਜੋ ਦੋ ਤਿੰਨ ਚੀਜ਼ਾਂ ਮੇਨ ਕਈਆਂ ਇਹ ਖਾਸ ਕਰਕੇ ਜੋ ਸਾਡੀ ਕਮਿਊਨਿਟੀ ਨੂੰ ਜਿਸ ਤਰ੍ਹਾਂ ਇੱਕ ਪਰਸਨਲਾਈਜ਼ਡ ਅਟੈਕ ਇਹ ਲੱਗਿਆ ਹੈ ਉਹਦੇ ਖਿਲਾਫ ਜਾਣੀ ਆ ਰਾਈਟ ਸੋ ਆਫਕੋਰਸ ਆਈ ਨੀਡ ਟੂ ਆਸਕ ਜੋ ਲਾਅ ਐਨਫੋਰਸਮੈਂਟ ਅਫੀਸ਼ਰ ਸੀਗੇ ਜੋ ਇਨਵੈਸਟੀਗੇਸ਼ਨ ਕਰ ਰਹੀ ਸੀ ਉਹਨਾਂ ਦਾ ਕੀ ਕਾਰਨ ਸੀਗਾ ਕਿ ਉਹਨਾਂ ਨੇ ਕੋਈ ਹੇਟ ਬੇਸਡ ਯਾ ਰੈਸ਼ਲ ਬਾਇਸ ਰੈਸ਼ਲ ਮੋਟੀਵੇਸ਼ਨ ਇਸ ਇਸ ਮਰਡਰ ਇਸ ਸ਼ੂਟਿੰਗ ਸਪਰੀ ਦੇ ਵਿੱਚ ਨਹੀਂ ਉਹਨਾਂ ਨੂੰ ਲੱਭੀ ਉਹਨਾਂ ਐਫਪੀਆਈ ਤੇ ਆਈਐਮਪੀਡੀ ਦਾ ਕਹਿਣਾ ਇਹ ਹੈ ਵੀ ਉਹਨਾਂ ਨੇ ਕਾਫੀ ਐਕਸਟੈਂਸਿਵ ਅਬਜ਼ਰਵੇਸ਼ਨ ਕੀਤੀ ਕ੍ਰਾਈਮ ਸੀਨ ਦੀ ਕਾਫੀ ਡੂੰਘੀ ਉਹਨਾਂ ਨੇ ਇਨਵੈਸਟੀਗੇਸ਼ਨ ਕੀਤੀ ਜਿਦੇ ਵਿੱਚ ਐਟਲੀਸਟ 120 ਲੋਕਾਂ ਨੂੰ ਇੰਟਰਵਿਊ ਕੀਤਾ ਗਿਆ ਕਾਫੀ ਡਾਟਾ ਰਿਵਿਊ ਕੀਤਾ ਗਿਆ ਵੀ ਤਿੰਨ ਕਾ ਤਿੰਨ ਕੰਪਿਊਟਰ ਇੱਕ ਦੋ ਸੈਲਫੋਨ ਹਾਰਡ ਡਰਾਈਵ 플ੈਸ਼ ਡਰਾਈਵ ਐਦਾਂ ਦੀਆਂ ਚੀਜ਼ਾਂ ਨੂੰ ਕਾਫੀ ਉਹਨਾਂ ਨੇ ਇਨਵੈਸਟੀਗੇਟ ਕੀਤਾ ਪਰ ਇੱਕ ਗੱਲ ਜਿਹੜੀ ਉਹਨਾਂ ਨੇ ਸ਼ੇਅਰ ਨਹੀਂ ਕੀਤੀ ਉਹ ਸੀਗੀ ਵੀ ਉਹ ਉਹਨਾਂ ਨੇ ਕਿਵੇਂ ਤੇ ਕਿਉਂ ਜਿਹੜੀ ਬਾਇਸ ਮੋਟੀਵੇਸ਼ਨ ਦੀ ਪੋਸੀਬਿਲਟੀ ਇਹੋ ਵੀ ਰੂਲ ਆਊਟ ਕਿਵੇਂ ਕੀਤੀ ਗਈ ਉਹਨਾਂ ਨੇ ਬਸ ਇੰਨਾ ਕਹਿੰਦੇ ਵੀ ਅਸੀਂ ਰੂਲ ਆਊਟ ਕੀਤੀ ਹੈ ਪਰ ਆਹਨੇ ਐਕਸਪਲੇਨ ਕੀਤਾ ਵੀ ਉਹ ਉੱਥੇ ਤੱਕ ਕਿਵੇਂ ਪਹੁੰਚੇ ਯਾ ਸੋ ਇਟ ਆਈ ਮੀਨ ਹਲੇ ਵੀ ਕੁਐਸਚਨਸ ਕਾਫੀ ਉਠਦੇ ਆ ਇਸ ਇਨਵੈਸਟੀਗੇਸ਼ਨ ਬਾਰੇ ਤੇ ਲਾਅਨ ਫੋਰਸਮੈਂਟ ਆਮ ਦਾ ਡਿਸੀਜਨ ਪਾਵੇ ਉਹਨਾਂ ਨੇ ਸਾਡੇ ਨਾਲ ਸ਼ੇਅਰ ਕਰਤਾ ਬਟ ਉਹਦਾ ਕੀ ਕਾਰਨ ਸੀਗਾ ਕੀ ਸਬੂਤ ਦੇ ਉੱਤੇ ਉਹਨਾਂ ਨੇ ਡਿਸੀਜਨ ਲਿੱਤਾ ਉਹ ਹਲੇ ਤੱਕ ਪੂਰੀ ਤਰ੍ਹਾਂ ਕਲੀਅਰਲੀ ਨਹੀਂ ਦੱਸਿਆ ਗਿਆ ਪਬਲਿਕ ਨੂੰ ਕੋਈ ਉਮੀਦ ਹੈਗੀ ਕਿ ਇਹ ਚੀਜ਼ ਆਉਣ ਵਾਲੇ ਸਮੇਂ ਦੇ ਵਿੱਚ ਹੋਰ ਕਲੈਰੀਫਾਈ ਹੋਏਗੀ ਹੈ ਇਹਦੇ ਬਾਰੇ ਹੋਰ ਜਾਣਕਾਰੀ ਦਿੱਤੀ ਜਾਏਗੀ ਪਬਲਿਕ ਨੂੰ ਉਹੋ ਕਹਿਣਾ ਮੁਸ਼ਕਿਲ ਹੈ ਪਰ ਅਸੀਂ ਆਪਣੇ ਵੱਲੋਂ ਤੇਈ ਕੋਸ਼ਿਸ਼ ਕਰ ਰਹੇ ਆਂ ਵੀ ਜਿਹੜਾ ਉਹਨਾਂ ਨੇ ਐਵੀਡੈਂਸ ਮੈਂਸ਼ਨ ਕੀਤਾ ਅੱਜ ਪ੍ਰੈਸ ਕਾਨਫਰੰਸ ਵਿੱਚ ਤੇ ਹੋਰ ਵੀ ਪਿਛਲੇ ਕੁਝ ਅਪਡੇਟਸ ਵਿੱਚ ਵੀ ਸਾਨੂੰ ਅੱਜ ਪਤਾ ਲੱਗਾ ਵੀ ਸ਼ੂਟਰ ਨੇ ਹੋਰ ਵੀ ਉਹ ਜਗ੍ਹਾ ਦੇਖ ਰਿਆ ਸੀ ਕਹ ਲਓ ਚੁੰਨਣ ਲਈ ਤੇ ਫਿਰ ਉਹਨੇ ਫੈਡੈਕਸ ਨੂੰ ਹੀ ਚੁਣਿਆ ਭਾਵੇਂ ਦੂਰ ਸੀਗੀ ਜੋ ਵੀ ਸੀਗੀ ਉਹਨੇ ਫੈਡੈਕਸ ਨੂੰ ਹੀ ਚੁਣਿਆ ਤੇ ਉਹਨੂੰ ਪਤਾ ਸੀ ਵੀ ਉੱਥੋਂ ਦੀ ਵਰਕਫੋਰਸ ਕਿਦਾਂ ਦੀ ਆ you know many people of color de apne utthe kafi punjabi sects vi kam karde ne te hor vi different brown communities utthe hagiyan so unne pichle kuch mahinیاں vich jadon de unne hair attack di preparation shuru kiti hoyi a unne 1 point te aake eh facility nu eh location nu choose kita ਈਵਨ ਦ ਟਾਈਮ ਈਵਨ ਦ ਟਾਈਮ ਅਸੀਸ ਈਵਨ ਦ ਟਾਈਮ ਰਾਈਟ ਬਿਕਾਜ਼ ਉਹਨੇ ਉਸ ਵੇਲੇ ਜਾ ਕੇ ਸ਼ੂਟਿੰਗ ਕੀਤੀ ਜਦੋਂ ਦੋ ਸ਼ਿਫਟਸ ਚੇਂਜ ਹੋ ਰਹੀਆਂ ਸੀ ਡਬਲ ਲੋਕੀ ਸੀਗੇ ਇੱਕ ਸ਼ਿਫਟ ਆ ਰਹੀ ਸੀ ਆਪਣਾ ਪੇਚੈਕ ਪਿਕਅਪ ਕਰਨ ਦੂਜੀ ਸ਼ਿਫਟ ਜਾ ਰਹੀ ਸੀ ਤੇ ਉਸ ਵੇਲੇ ਇਹ ਆਇਆ ਜਦੋਂ ਲੋਕੀ ਪਾਰਕਿੰਗ ਲੋਟ ਵਿੱਚ ਸੀਗੇ ਆਈ ਮੀਨ ਦ ਪ੍ਰੈਪਰੇਸ਼ਨ ਬਿਹਾਈਂਡ ਥਿਸ ਆਮ ਯੂ نو ਇਹ ਚੀਜ਼ਾਂ ਇੰਡੀਕੇਟ ਨਹੀਂ ਕਰਦੀ ਇੱਕ ਲਾ ਪਰਸਪੈਕਟਿਵ ਲਾ ਇਨਫੋਰਸਮੈਂਟ ਪਰਸਪੈਕਟਿਵ ਤੋਂ ਕਿ ਇਹ ਬਹੁਤ ਹੀ ਵੈਲ ਪਲਾਨਡ ਆਊਟ ਇੱਕ ਅਟੈਕ ਸੀਗਾ ਨਾ ਕਿ ਇੱਕ ਸੁਸਾਈਡਲ ਅਟੈਂਪਟ ਇਹਨਾਂ ਨਾਲ ਨਾਲ ਉਹਨਾਂ ਨੇ ਅਭੀ ਕਿਹਾ ਵੀ ਜੇਡੀ ਉਹਨੇ ਉਹਨੇ ਦੋ ਬੰਦੂਕਾਂ ਯੂਜ਼ ਕੀਤੀਆਂ ਸੀ ਇਹ ਅਟੈਕ ਵਿੱਚ ਕਿ ਪਹਿਲੀ ਉਹਨਾਂ ਦੋਨਾਂ ਚ ਜਿਹੜੀ ਪੈਲਸਪੈਲੀ ਖਰੀਦੀ ਸੀ ਉਹ ਉਹਨੇ ਲਈ ਸੀ ਜੁਲਾਈ 2020 ਵਿੱਚ ਸੋ ਇਹ ਕਾਫੀ ਦੇਰ ਤੋਂ ਪਲਾਨਿੰਗ ਤੇ ਪ੍ਰੈਪਰੇਸ਼ਨ ਚੱਲ ਰਹੀ ਸੀ ਆਪਾਂ ਇਹ ਕਹਿ ਸਕਦੇ ਹਾਂ ਤੇ ਜਿਹੜਾ ਤੁਸੀਂ ਪਿਛਲਾ ਪੁਆਇੰਟ ਵੀ ਕਹਿੰਦੇ ਫੇ ਸੀਗੇ ਵੀ ਉਹਨਾਂ ਦੀ ਐਵੀਡੈਂਸ ਦਾ ਉਹਨਾਂ ਤੇ ਪਿਓ ਹੋ ਕੀ ਕੀ ਉਹਨਾਂ ਨੂੰ ਲੱਭਿਆ ਜਦੋਂ ਉਹਨਾਂ ਨੇ ਇਹ ਇਨਵੈਸਟੀਗੇਸ਼ਨ ਕੀਤੀ ਸਾਰਾ ਡਿਜੀਟਲ ਕੰਟੈਂਟ ਦੇਖਿਆ ਵੀ ਕੀ ਕੀ ਉਹਦੇ ਵਿੱਚ ਹੈਗਾ ਤੇ ਉਹਦੇ ਵਿੱਚ ਆ ਵੀ ਸੀ ਕੁਝ ਨਾਸੀ ਰਿਲੇਟਿਡ ਸਟਫ ਦਾ 20 ਵਰਲਡ ਵਾਰ 2 ਦੇ ਨਾਲ ਆਬਸੈਸ਼ਨ ਤੇ ਕੁਝ ਹੋਰ ਵੀ ਇਦਾਂ ਦਾ ਕਹ ਲੋ ਵੀ ਐਕਸਟ੍ਰੀਮ ਥਾਟਸ ਵਾਲਾ ਉਨਦੇ ਉਨਦੇ ਕੰਪਿਊਟਰ ਤੇ ਚੀਜ਼ਾਂ ਸੀਗੀਆਂ ਜੀ ਭਾਵੇਂ ਕਾਫੀ ਹੋਣ ਭਾਵੇਂ ਘੱਟ ਹੋਣ ਪਰ ਇਹ ਜ਼ਰੂਰੀ ਹੈ ਇਨਕਲੂਡ ਕਰਨਾ ਵੀ ਯੂ نو ਉਹ ਇਹ ਚੀਜ਼ਾਂ ਨੂੰ ਦੇਖ ਰਿਆ ਸੀ ਸੋਚ ਰਿਆ ਸੀ ਕਾਫੀ ਉਹਦੇ ਫਾਈਲਸ ਵਗੈਰਾ ਸੀਗੀਆਂ ਤੇ ਉਹਨਾਂ ਨੂੰ ਆ ਵੀ ਕਨਸਿਡਰ ਤੇ ਦੇਖਣਾ ਚਾਹੀਦਾ ਵੀ ਇਹ ਚੀਜ਼ਾਂ ਦਾ ਮਤਲਬ ਕੀ ਹੁੰਦਾ ਰਾਈਟ ਜ਼ਰੂਰੀ ਨਹੀਂ ਆ ਵੀ ਉਹ ਕਿਸੇ ਨੂੰ ਲਿਖਣਾ ਚਾਹੀਦਾ ਕੋਈ ਸਪੈਸੀਫਿਕਲੀ ਸਿੱਖਾਂ ਦੇ ਖਲਾਫ ਇਦਾਂ ਦਾ ਕੰਮ ਕਰਨ ਲਈ ਜੇ ਖਾਨੂੰ ਲੱਗਦਾ ਵੀ ਬਸ ਯੂ نو ਇੱਕ ਜਣੇ ਉੱਪਰ ਨੇ ਬਾਕੀ ਸਾਰੇ ਘਾਟ ਘਾਟ ਨੇ ਸਾਰੇ ਥੱਲੇ ਨੇ ਫਿਰ ਉਹਨਾਂ ਨੂੰ ਕੀ ਫਰਕ ਪਏਗਾ ਵੀ ਉਹ ਭਾਵੇਂ ਕਿਹੜੀ ਵੀ ਕਮਿਊਨਿਟੀ ਦੇ ਹੋਣ ਯਾ ਐਬਸੋਲੂਟਲੀ ਐਂਡ ਐਂਡ ਵਾਂਸ ਅਗੇਨ ਯੂ نو ਜਿਸ ਤਰ੍ਹਾਂ ਸੀ ਪਹਿਲੇ ਵੀ ਵਿਊਅਰਸ ਨੂੰ ਦੱਸ ਰਹੀ ਸੀ ਡੋਮੈਸਟਿਕ ਟੈਰੋਰਿਜ਼ਮ ਦੇ ਕੇਸਸ ਉਮ ਕਿੰਨੇ ਇਨਕਰੀਸ ਹੋਏ ਹੈ ਪਿਛਲੇ 15 ਸਾਲਾਂ ਦੇ ਵਿੱਚ ਐਂਡ ਅਕਸਰ ਉਹਨਾਂ ਦੇ ਵਿਕਟਮਸ ਮਾਈਨੋਰਿਟੀ ਕਮਿਊਨिटीज ਤੋਂ ਹੁੰਦੇ ਆ আফ্রিকਨ ਅਮਰੀਕਨਸ ਇਮੀਗਰੈਂਟਸ ਏਸ਼ੀਅਨਸ ਮੁਸਲਿਮਸ ਹਨਾ ਉਮ ਸਾਡੀ ਕਮਿਊਨਿਟੀ ਤੋਂ ਉਹਨਾਂ ਦੇ ਪਲੇਸਸ ਆਫ ਵਰਕ ਐਂਡ ਪਲੇਸਸ ਆਫ ਵਰਸ਼ਿਪ ਟਾਰਗੇਟ ਕੀਤੇ ਜਾਂਦੇ ਆ ਅਨਫੋਰਚਨਟਲੀ ਸਾਂ ਉਸ ਚੀਜ਼ ਦੇ ਨਾਲ ਐਕਸਪੀਰੀਅੰਸ ਹੈ ਸਾਡੇ ਗੁਰਦੁਆਰਿਆਂ ਤੇ ਅਟੈਕ ਹੋਇਆ ਹੈ ਯੂ نو ਸੋ It, it, it seems it was targeted, but a uh, law enforcement, the nay final conclusion, siga. Um, you know, I, really quickly, i have a clip from the u.s. attorney uh, from the southern district of indianapolis study team, ajupanchi press conference day, jadevich bhogata, kathigintidevich, una in attendance, si members of media, tecuchol, locona, and the I just want viewers to hear this clip from the u.s. attorney about jonah the final uh, finding Sigi is investigation about Participated in this investigation and joined in the review and analysis of the evidence gap. Following that review, we joined with our law enforcement partners in the conclusion that the suspect was primarily motivated by a desire to commit murder, suicide, exacerbated by personal mental health issues. We also joined in the conclusion that he acted alone and that others were unaware of his plans to commit this offense. I would like to be clear that this horrendous act was obviously criminal. Notwithstanding that fact, prosecution could not be initiated due to the suspect's suicide. um so of course you know law enforcement da um jis tarah ese us attorney ne bayan ditta kam ek kisam da khatam hi ho gaya because jo um assailant si ga unne aap di jaan le layi hai so prosecution um just that I think it can't increase much um but i, I want to talk about you know the community right because uh, paave uh, law enforcement layi investigators layi ek close uh, case hun close ho gaya hai you know case shut ho gaya hai um jo ethe indinapolis di local community hai ki, um, gi um jinna di lives main kawangi irreversibly changed ho gayi hain ohna te kis tarah da impact ho reha hai te as a nation As a country, what we need to be thinking about, to um, ehoji so we can um, improve, move past this kind of, um, uh, you know, uh, incidents of domestic terrorism, yeah, um, you know, attacks on the community. viewers. ਤੁਸੀਂ ਵੇਖ ਰਹੇ ਹੋ ਪ੍ਰੋਗਰਾਮ ਅੱਜ ਦਾ ਮੁੱਦਾ ਗੱਲ ਹੋ ਰਹੀ ਹੈ ਆ ਦੋ ਤਿੰਨ ਚੀਜ਼ਾਂ ਦੀ ਗੱਲ ਹੋ ਰਹੀ ਹੈ ਬਟ ਦੇ ਆਲ ਕਨੈਕਟਿਡ ਅ ਯੂਨਾਈਟਿਡ ਸਟੇਟਸ ਦੇ ਵਿੱਚ ਕਿਸ ਤਰ੍ਹਾਂ ਡੋਮੈਸਟਿਕ ਟੈਰਰਿਜ਼ਮ ਵੱਧ ਗਈ ਹੈ ਉਸ ਡੋਮੈਸਟਿਕ ਟੈਰਰਿਜ਼ਮ ਦਾ ਇੱਕ ਚਿਹਰਾ Um, hate based attacks racially motivated attacks um, violent shootings uh law enforcement koi darja official thought te dindi shootings ek targeted way ਕੁਝ-ਕੁਝ स्पेसिफिक ਕਮਿਊਨਿਟੀਜ਼ ਨੂੰ ਹਾਰਮ ਕਰਦੀਆਂ ਉਹਨਾਂ ਨੂੰ ਨੁਕਸਾਨ ਪਹੁੰਚਾਉਂਦੀਆਂ ਉਹਦੀ ਗੱਲ ਹੋ ਰਹੀ ਹੈ ਇੰਡੀਆਨਾਪੋਲਿਸ ਦੇ ਵਿੱਚ ਫੈਡੈਕਸ ਫੈਸਿਲਿਟੀ ਦੇ ਵਿੱਚ ਵੀ ਇੱਕ ਇਹੋ ਜਿਹੀ ਸ਼ੂਟਿੰਗ ਹੋਈ ਸੀ ਕੁਝ ਮਹੀਨਿਆਂ ਪਹਿਲੇ ਉਹਦੀ ਲਗਾਤਾਰ ਕਵਰੇਜ ਅਪਡੇਟਸ ਸਾਡੇ ਨਾਲ ਸ਼ੇਅਰ ਕਰ ਰਹੇ ਹਨ ਤੇ ਅੱਜ ਸਾਡੇ ਨਾਲ ਇੱਕ ਬੜੀ ਫਿਰ ਸਾਨੂੰ ਜੁਆਇਨ ਕਰੇ ਅਸੀਸ ਕੋਰ ਸਿੱਖ ਕੋਲੀਸ਼ਨ ਤੋਂ ਅਮ ਅਸੀਸ ਜੀ ਤੁਸੀਂ ਅੱਜ Indianapolis ਦੇ ਵਿੱਚ ਖੁਦ ਮੌਜੂਦ ਸੀਗੇ ਉਥੇ ਦੀ ਲੌਨ ਫੋਰਸਮੈਂਟ ਅਫੀਸ਼ੀਅਲਸ ਨੇ ਇੱਕ ਮਤਲਬ ਕੰਕਲੂਸਿਵ ਪ੍ਰੈਸ ਕਾਨਫਰੰਸ ਰੱਖੀ ਕਿ ਸਾਡੀ ਇਹ ਫਾਈਨਲ ਫਾਈਂਡਿੰਗ ਸਿਗੀਆਂ ਇਸ ਇਨਵੈਸਟੀਗੇਸ਼ਨ ਬਾਰੇ ਦੇ ਵਿੱਚ ਕੋਈ ਹੇਟ ਬੇਸਡ ਰੈਸਲੀ ਮੋਟੀਵੇਟਿਡ ਸਾਨੂੰ ਨਹੀਂ ਕਾਰਨ ਲੱਭਿਆ ਅਮ ਬਟ ਕਾਫੀ ਸਵਾਲ ਉੱਠਦੇ ਆ ਇਸ ਇਨਵੈਸਟੀਗੇਸ਼ਨ ਨੂੰ ਲੈ ਕੇ ਕਿ ਕੀ ਕਾਰਨ ਸੀ ਇਹ ਕਿ ਉਹਨਾਂ ਨੂੰ ਇਹ ਉਹਨਾਂ ਦਾ ਕੰਕਲੂਜਨ ਸੀਗਾ ਇਹ ਉਹਨਾਂ ਦੀ ਫਾਈਂਡਿੰਗ ਸਿਗੀਆਂ um but you know law enforcement nu ik passe rakh ke i want to talk about the community tusi even families de naal ajj vi mile um you know ki uh, unada you know kis tarah oh um heal kar rahe recover kar rahe te ajj di press conference nu laake in findings nu laake um kis tarah da reaction tusi vekhya ਹਾਂਜੀ ਅਸੀਂ ਪਿਛਲੇ ਯੂ ਨੋ 10 1/2 ਮਹੀਨਿਆਂ ਤੋਂ ਫੈਮਿਲੀ ਇਸ ਨਾਲ ਰੈਗੂਲਰਲੀ ਮਿਲ ਰਹੇ ਹਾਂ ਤੇ ਉਹਨਾਂ ਦੀ ਰਿਕਵਰੀ ਤੇ ਫੋਕਸ ਕਰ ਰਹੇ ਹਾਂ ਫਿਜ਼ੀਕਲ ਰਿਕਵਰੀ, ਈਮੋਸ਼ਨਲ ਰਿਕਵਰੀ ਤੇ ਇਹ ਬਹੁਤ ਲੰਬੀ JOURNEY ਹੈ ਤੇ ਇਹ ਇਹ ਹੈ ਵੀ ਬਹੁਤ ਮੁਸ਼ਕਲ ਵੀ ਜਿਹੜੇ ਸਰਵਾਈਵਰਸ ਨੇ, ਜਿਹੜੇ ਪਰਿਵਾਰ ਨੇ ਤਾਂ ਜਿਹੜੀ ਉੱਥੋਂ ਦੀ ਜਨਰਲ ਕਮਿਊਨਿਟੀ ਹੈ, ਭਾਵੇਂ ਸੈਕ ਕਮਿਊਨਿਟੀ ਹੈ ਤੇ ਭਾਵੇਂ ਨੇਟਨੈਪਲਸ ਦੀ ਜਨਰਲ ਕਮਿਊਨਿਟੀ ਹੈ, ਉਹਨਾਂ ਲਈ ਆਹ ਮੰਨਣਾ ਵੀ ਕਨਸਿਡਰ ਕਰਨਾ ਵੀ ਇਨਵੈਸਟੀਗੇਸ਼ਨ ਬੰਦ ਹੋ ਗਈ ਇਸ ਗੱਲ ਵੀ ਵਾਈ ਦਾ ਜਵਾਬ ਤੋਂ ਬਿਨਾ রাইਟ ਜਦ ਤੱਕ ਉਹ ਕਨਕਲੂਸਿਵਲੀ ਜਵਾਬ ਨਹੀਂ ਮਿਲਦਾ ਵੀ ਇਹ ਕਿਉਂ ਹੋਇਆ ਇਹ ਜਿੱਥੇ ਅਸੀਂ ਕੰਮ ਕਰਦੇ ਸੀ ਉੱਥੇ ਕਿਉਂ ਹੋਇਆ ਜਦ ਤੱਕ ਇਹ ਜਵਾਬ ਨਹੀਂ ਮਿਲਦਾ ਉਹਨਾਂ ਲਈ ਇਹ ਕਹਿ ਲੋ ਚੈਪਟਰ ਹੈ ਆਪਣੀ ਲਾਈਫ ਦਾ ਹਿੱਸਾ ਬੰਦ ਕਰਨਾ ਤੇ ਅੱਗੇ ਮੂਵ ਹੋਣਾ ਮੁਸ਼ਕਲ ਹੈ ਤੇ ਅੱਜ ਦੀ ਪ੍ਰੈਸ ਕਾਨਫਰੈਂਸ ਤੋਂ ਬਾਅਦ ਤੁਸੀਂ ਬਿਲਕੁਲ ਸਹੀ ਕਿਹਾ ਵੀ ਬੜੇ ਸਵਾਲ ਨੇ ਵੀ ਆਪਾਂ ਅੱਗੇ ਕੀ ਕਰ ਸਕਦੇ ਆ ਜਾਂ ਯੂ نو ਕਿਸ ਨੇ ਹਰ ਚੀਜ਼ਾਂ ਰਿਪੋਰਟ ਕੀਤੀਆਂ ਸੀ ਜਾਂ ਨਹੀਂ ਕੀਤੀਆਂ ਸੀ ਸਿਕਿਉਰਿਟੀ ਕਿੱਦਾਂ ਦੀ ਸੀ ਜਾਂ ਕਿ ਕਿੱਥੇ ਗੱਲ ਰਹਿ ਗਈ ਕਿੱਥੋਂ ਦੀ ਯੂ نو ਵੇਅਰ ਦ ਬਾਲ ਡ੍ਰੌਪਟ ਕਾਟ ਕਿੱਥੇ ਸੀਗੀ ਗਲਤੀ ਕਿੱਥੇ ਹੋਈ ਵੀ ਇਦਾਂ ਦੀਆਂ ਚੀਜ਼ਾਂ ਹੋਈਆਂ ਤੇ ਜਿਹੜੀ ਇਹ ਫੈਮਲੀਆਂ ਨੇ ਜਿਹੜੇ ਇਸ ਗੱਲ ਤੋਂ ਨਿਕਲ ਰਹੇ ਨੇ ਭਾਵੇਂ ਉਹ ਸਿੱਖ ਸੀਗੇ ਨਾਨ ਸਿੱਖ ਸੀ ਸਾਰੇ ਹੀ ਉੱਥੇ ਸੀਗੇ ਸਾਰਿਆਂ ਦੀ ਇਹਨਾਂ ਨੂੰ ਦੁੱਖ ਦੇਖਦਾ ਸੀ ਸਾਰਿਆਂ ਦਾ ਸਦਮਾ ਵੀ ਅਜੇ ਦੇਖਦਾ ਸੀ ਵੀ ਇਹ ਇੱਕਦਮ ਅਜੇ ਵੀ ਇਹਨਾਂ ਲਈ April 15 16 ਹੀ ਹੈ ਕਿਉਂਕਿ ਇਹਨਾਂ ਨੂੰ ਇਹਨਾਂ ਜ ਤੱਕ ਆਪਣੇ ਸਵਾਲਾਂ ਦੇ ਜਵਾਬ ਨਹੀਂ ਮਿਲੇ ਆ ਨਹੀਂ ਪਤਾ ਵੀ ਐਗਜ਼ੈਕਟਲੀ ਹੋ ਕੀ ਕਿਰਿਆ ਸੀ ਵੀ ਜੇ ਕਰ ਰਹੇ ਪੁਲਿਸ ਦੇ ਨਜ਼ਰਾਂ ਵਿੱਚ ਮਾਰਚ 2020 ਦੱਸੇਗਾ ਤੰਗਾਲ ਇੱਥੇ ਤੱਕ ਕਿਵੇਂ ਪਹੁੰਚੀ ਜੀ ਯੂ نو ਕਿੱਥੇ ਕਿੱਥੇ ਗਲਤੀ ਹੋਈ ਸੀ ਜੀ ਜੀ ਬਿਲਕੁਲ ਆਮ ਯੂ نو ਇਹ ਤਾਂ ਇਸ ਕਮਿਊਨਿਟੀ ਦੀ ਮੈਂ ਕਵਾਂਗੀ ਟਰੈਜੇਡੀ ਹੈ ਜਿਹਦੇ ਵਿੱਚ ਕਿੰਨੀ ਫੈਮਿਲੀਜ਼ ਕਿੰਨੀ ਜਾਨਾਂ ਆਮ ਯੂ نو ਉਹਨਾਂ ਦੀ ਪੂਰੀ ਜ਼ਿੰਦਗੀ ਉਹਨੂੰ ਬਦਲ ਗਈ ਹੈ um it's it's really sad to think about them but asgree i mean jo twaada kaam hai khaaskar ke se coalition you know in cheezan nu bahut head on tareeke de naal tackle karda hai jo na ke sirf saadi community nu but overall country nu um affect kar di khaaskar ke jithe minority rights di gal aandi hai minorities de khilaf ki kuch ho reya ohna di gal aandi hai um you know so i have to ask ਇਸ ਖਾਸ ਕਰਕੇ ਇਸ ਸਟੋਰੀ ਦੇ ਵਿੱਚ ਆ ਮੈਂਟਲ ਹੈਲਥ ਲਾਅਨ ਇਨਫੋਰਸਮੈਂਟ ਨੇ ਮੈਂਟਲ ਹੈਲਥ ਨੂੰ ਇੱਕ ਬਹੁਤ ਵੱਡੇ ਲੈਵਲ ਤੇ ਇੱਥੇ ਰੱਖਿਆ ਕਿ ਹਾਂ ਉਹ ਉਹਨੂੰ ਦਿਮਾਗੀ ਤੌਰ ਤੇ ਕੋਈ ਨਾ ਕੋਈ ਆ ਪ੍ਰੋਬਲਮ ਸੀ ਇਸ ਕਰਕੇ ਉਹਨੇ ਇਹੋ ਜਿਹਾ ਕਦਮ ਚੁੱਕਿਆ ਉਹਨੇ ਆਪ ਨੂੰ ਵੀ ਮਾਰਨ ਦੀ ਯੂ نو ਡਿਸੀਜਨ ਲਿੱਤਾ ਪਰ ਹੋਰਾਂ ਨੂੰ ਨਾਲ ਲੈ ਕੇ ਗਿਆ ਆ ਮੈਂਟਲ ਹੈਲਥ ਤੇ ਜੋ ਇਹ ਬਾਇਸ ਹੈ ਇਹਦਾ ਓਵਰਲੈਪ ਮੈਂ ਚੰਨੀ ਇਹਦੇ ਬਾਰੇ ਤੁਸੀਂ ਥੋੜਾ ਸਾਨੂੰ ਦੱਸੋ ਐਂ ਇਹਦੇ ਵਿੱਚ ਤੁਸੀਂ ਇੱਕ ਲਵਸ ਪਹਿਲੇ ਵਰਤਿਆ ਸੀ ਮਰਦਾਨਗੀ ਰਾਈਟ ਸੋ ਇੰਗਲਿਸ਼ ਦਾ ਇੱਕ ਫਰੇਜ਼ ਹੈ ਟਾਕਸਿਕ ਮਾਸਕੁਲਿਨਿਟੀ ਉਮ ਇੱਕ ਤਾਂ ਹੁੰਦੀ ਹੈ ਮਾਸਕੁਲਿਨਿਟੀ ਤੁਹਾਡੀ ਮਰਦਾਨਗੀ ਤੇ ਇੱਕ ਯੂ نو ਇੱਥੇ ਦਾ ਇੱਕ ਨਵੀਂ ਨਵੀਂ ਜੋ ਟਰਮ ਲਿਖੀ ਹੈ ਟਾਕਸਿਕ ਮਾਸਕੁਲਿਨਿਟੀ ਜਦੋਂ ਕੋਈ ਅਮ ਇੰਡੀਵਿਜੂਅਲ ਆਪਣੀ ਮਰਦਾਨਗੀ ਨੂੰ ਲੈ ਕੇ ਅਮ ਕੋਈ ਗਲਤ ਕਦਮ ਚੁੱਕਦਾ ਹੈ ਮਰਦਾਨਗੀ ਦੇ ਖਾਤਰ রাইਟ I ਮੀਨ ਅਮ ਅਗਰ ਮੈਂ ਉਹਨੂੰ 익ਸਪਲੇਨ ਕਰਨਾ ਹੋਏ ਯੂ نو ਦੈਟਸ ਹਾਊ I ਊਡ ਸੇ ਇਟ ਅਮ ਕਿ ਮਰਦਾਨਗੀ ਕੋਈ ਤੁਹਾਡੀ ਪ੍ਰੂਵ ਕਰਨ ਦੀ ਚੀਜ਼ ਨਹੀਂ ਹੈਗੀ ਬਟ ਜਦੋਂ ਉਹ ਕਿਸੇ ਇਨਸਾਨ ਲਈ ਉਹ ਬਣ ਜਾਂਦੀ ਹੈ ਤੇ ਉਹ ਇਹੋ ਜੇ ਕਦਮ ਕਦੀਕ ਵਾਰ ਚੁੱਕਦੇ ਹੈ ਸੋ ਇਸ ਸਟੋਰੀ ਦੇ ਵਿੱਚ ਮੈਂਟਲ ਹੈਲਥ ਮਤਲਬ ਦਿਮਾਗੀ ਤੁਹਾਡੀ ਕੋਈ ਵੀ ਯੂ نو ਇਸ਼ੂ ਪ੍ਰੋਬਲਮ ਰੈਸਲ ਬਾਇਸ ਹੈ ਨਾ ਜਿਸ ਤਰ੍ਹਾਂ ਮਾਈਨੋਰਟੀਜ਼ ਤੇ ਉਤੇ ਇੱਕ ਵੱਡਾ ਟਾਰਗੇਟ ਲੱਗਿਆ ਪਿਛਲੇ ਕੁਝ ਸਾਲਾਂ ਤੋਂ ਐਂਟਾਕਸਿਕ ਮਾਸਕੁਲਿਨਿਟੀ ਇਨ ਚੀਜ਼ਾਂ ਦਾ ਓਵਰਲੈਪ ਕਿਸ ਤਰ੍ਹਾਂ ਹੁੰਦਾ ਹੈ ਹਾਂਜੀ ਸੋ ਅੱਜ ਐਫਪੀਆਈ ਤੇ ਆਈਐਮਪੀਡੀ ਦੋਮਣੇ ਐਡਰੈਸ ਕੀਤਾ ਸੀ ਵੀ ਯੂ نو ਸ਼ੂਟਰ ਦੇ ਵਸ਼ਾਦ ਮੈਂਟਲੀ ਅਨਵੈਲ ਹੋਵੇ ਜਾਂ ਐਲ ਹੋਵੇ ਵੀ ਉਹਦੀ ਮੈਂਟਲ ਹੈਲਥ ਸ਼ਾਇਦ ਠੀਕ ਨਹੀਂ ਸੀ ਸ਼ਾਇਦ ਪਰ ਨਾਲ ਨਾਲ ਉਹਨਾਂ ਨੇ ਆ ਵੀ ਕਿਹਾ ਵੀ ਉਹਦਾ ਚਾ ਵੀ ਸੀਗਾ ਐਦਾ ਮਰਡਰ ਕਰੰਦਾ ਕਿ ਸਾਨੂੰ ਉਹ ਉਹ ਚੰਦਾ ਸੀ ਉਹਨੂੰ ਐਕਸਪੀਰੀਅੰਸ ਮਿਲੇ ਕਿਸੇ ਦੀ ਜਾਨ ਲੈਣ ਦਾ ਤੇ ਫਿਰ ਆਪਣੀ ਜਾਨ ਲੈਣ ਦਾ ਤੇ ਜਦੋਂ ਉਹ ਇਹ ਗੱਲ ਡਿਸਕਸ ਕਰ ਰਹੇ ਸੀ ਉਹਨਾਂ ਦੇ ਉਹਨਾਂ ਨੇ ਨਾਲ-ਨਾਲ ਫਿਰ ਉਹ ਟਾਕਸਿਕ ਮਾਸਕੁਲਿਨਿਟੀ ਤੇ ਵੀ ਗੱਲ ਡਿਸਕਸ ਕੀਤੀ ਤੇ ਉਹ ਉਹਨਾਂ ਨੇ ਜਿਹੜਾ ਆਪਣੀ ਇਨਵੈਸਟੀਗੇਸ਼ਨ ਕੀਤੀ ਜਿਹੜੀਆਂ ਉਹਨਾਂ ਨੇ ਆਪਣੇ ਇੰਟਰਵਿਊਜ਼ ਕੀਤੀਆਂ ਉਹਦੇ ਤੋਂ ਯੂ نو ਉਹਨਾਂ ਨੂੰ ਇਸ ਗੱਲ ਦਾ ਪਤਾ ਲੱਗਾ ਵੀ ਉਹ ਕੀ ਪ੍ਰੂਵ ਕਰਨਾ ਚਾਹੁੰਦਾ ਸੀ ਆਪਣੀ ਮਾਸਕੁਲਿਨਿਟੀ ਤੇ ਆਪਣੀ ਕੈਪੇਬਿਲਿਟੀ ਤੇ ਸਾਡਾ ਕਹਿਣਾ ਇਹ ਹੈਗਾ ਵੀ ਮੈਂਟਲ ਹੈਲਥ ਬਾਇਸ ਮੋਟੀਵੇਸ਼ਨ ਤੇ ਟਾਕਸਿਕ ਮਾਸਕੁਲਿਨਿਟੀ ਸਾਰੇ ਇੱਕ ਟਾਈਮ ਤੇ ਸੱਚ ਹੋ ਸਕਦੇ ਨੇ ਆਹ ਨਹੀਂ ਵੀ ਕੋਈ ਕਿਸੇ ਨੇ ਸਿਰਫ ਕੁਝ ਮੈਂਟਲ ਹੈਲਥ ਕਾਰਨ ਕੀਤਾ ਰਾਈਟ ਦੋਵੇਂ ਚੀਜ਼ਾਂ ਇੱਕ ਟਾਈਮ ਤੇ ਟru ਹੋ ਸਕਦੀਆਂ ਜਾਂ ਤਿੰਨੇ ਚੀਜ਼ਾਂ ਇੱਕ ਟਾਈਮ ਤੇ ਟru ਹੋ ਸਕਦੀਆਂ ਨੇ ਆਹ ਨਹੀਂ ਵੀ ਤੁਸੀਂ ਸਿਰਫ ਮੈਂਟਲ ਹੈਲਥ ਕਹਿ ਕੇ ਬਾਕੀ ਦੋ ਚੀਜ਼ਾਂ ਨੂੰ ਨਾ ਦੇਖੋ ਜਾਂ ਮੈਂਟਲ ਹੈਲਥ ਸਟ ਟਾਕਸਿਕ ਮਾਸਕੁਲਿਨਿਟੀ ਨੂੰ ਕਾਕੇ ਤੀਸਰੀ ਨੂੰ ਯੂਨੋ ਪਾਸੇ ਤੇ ਕਰਦੇ ਵੀ ਅਸੀਂ ਉਹਨੂੰ ਫਿਰ ਵਿੱਚ ਕਨਸਿਡਰ ਨਹੀਂ ਕਰਨਾ ਕਿਉਂਕਿ ਇਹ ਤਿੰਨੇ ਚੀਜ਼ਾਂ ਓਵਰਲੈਪ ਵੀ ਕਰਦੀਆਂ ਨੇ ਤੇ ਇੱਕੋ ਟਾਈਮ ਤੇ ਸਾਰਾ ਇਹ ਟਰੂ ਵੀ ਹੋ ਸਕਦਾ ਵੀ ਕੋਈ ਮੈਂਟਲੀ ਇਲ ਵੀ ਹੋ ਸਕਦਾ ਕੋਈ ਇਹ ਵੀ ਚਾਹਦਾ ਹੋਏ ਆਪਣੀ ਮਾਸਕੁਲਿਨਿਟੀ ਨੂੰ ਪ੍ਰੂਫ ਕਰਨ ਲਈ ਤੇ ਨਾਲ ਨਾਲ ਕਿਸੇ ਦੇ ਮਨ ਵਿੱਚ ਨਫ਼ਰਤ ਵੀ ਹੋ ਸਕਦੀ ਆ ਇਹ ਇਹ ਨਹੀਂ ਵੀ ਸਾਰਾ ਕੁਝ ਇਕੱਲਾ-ਇਕੱਲਾ ਹੀ ਇੱਕ-ਇੱਕ ਟਾਈਮ ਤੇ ਹੁੰਦਾ ਹੂੰ ਸੋ ਅਸੀਂ ਇਹ ਕਵੈਸਚਨ ਕਰਦੇ ਹਾਂ ਵੀ ਇਹ ਇਦਾਂ ਕਿਉਂ ਨਹੀਂ ਦੇਖਿਆ ਜਾ ਰਿਹਾ ਜਾਂ ਦੱਸਿਆ ਕਿਉਂ ਨਹੀਂ ਜਾ ਰਿਹਾ ਵੀ ਜਿਹੜੀ ਪੁਲਿਸ ਨੇ ਆਪਣੀ ਹੁਣ ਕਨਕਲੂਜਨ ਕੀਤੇ ਉੱਥੇ ਤੱਕ ਕਿਵੇਂ ਪਹੁੰਚੇ ਵੀ ਜਾਨ ਜੇ ਤੁਸੀਂ ਦੋ ਚੀਜ਼ਾਂ ਨੂੰ ਦੇਖ ਸਕਦੇ ਹੋ ਤਾਂ ਆ ਵੀ ਦੇਖੋ ਵੀ ਉਹਦੇ ਨਾਲ-ਨਾਲ ਕੀ ਅਟੈਕਸਡ ਆ ਸਾਡੇ ਕੋਲ ਕਾਫੀ ਰੀਸੈਂਟ ਐਗਜ਼ਾਮਪਲਸ ਨੇ ਵੀ ਜਿੱਥੇ ਇਹ ਸਾਰੀਆਂ ਚੀਜ਼ਾਂ ਦਾ ਓਵਰਲੈਪ ਹੈਗਾ Uh, a csg um, you know of course uh, to see in and, and say coalition uh, legal taur te um, in cases de vich involved bhi hegi paave representation ya guidance de um, pakhton hoye but you know I, i have to ask you um, legally agar inna de vichon koi victims ya victims de jo parivar han ya community members han ਅਗਰ ਉਹ ਲੀਗਲੀ ਕੋਈ ਚੈਲੰਜ ਜਾਂ ਕੋਈ ਹੋਰ ਇਸ ਇਨਵੈਸਟੀਗੇਸ਼ਨ ਤੋਂ ਕੋਈ ਜਵਾਬ ਚਾਹੁੰਦੇ ਲੀਗਲੀ ਉਹਨਾਂ ਦੇ ਕੋਲ ਕੋਈ ਆਪਸ਼ਨ ਹੈਗੇ ਜਿਸ ਤਰ੍ਹਾਂ ਤੁਸੀਂ ਪੁੱਛ ਰਹੇ ਹੋ ਕਿ ਅਮ ਇਨਵੈਸਟੀਗੇਟਰਸ ਨੇ ਅੱਜ ਨਹੀਂ ਦੱਸਿਆ ਕਿ ਕਿਸ ਤਰ੍ਹਾਂ ਉਹ ਉਸ ਡਿਸੀਜਨ ਉਸ ਕਨਕਲੂਜਨ ਤੱਕ ਪਹੁੰਚੇ ਕਿ ਕਾਰਨ ਸੀਗਾ ਕਿ ਉਹਨਾਂ ਨੇ ਰੈਸਲ ਬਾਇਸ ਨੂੰ ਰੂਲ ਆਊਟ ਕੀਤਾ ਲੀਗਲੀ ਕੀ ਆਪਸ਼ਨਸ ਹਨ ਇਸ ਜਵਾਬ ਦੇ ਲਈ ਇਸ ਜਵਾਬ ਨੂੰ ਅਮ ਲਾ ਨ ਫੋਰਸ ਮੇਂ ਤੱਕ ਡਾਨ ਲਈ ਸੋ ਇੱਕ ਤਾਂ ਕਾਫੀ ਯੂ ਨੋ ਚੀਜ਼ਾਂ ਹੁੰਦੀਆਂ ਜਿਹੜੇ ਜਰਨਲਿਸਟ ਕਰਦੇ ਵੀ ਜਿੱਦਾਂ ਕੁਝ ਜਰਨਲਿਸਟ ਹਮੇਸ਼ਾ ਕੁਝ ਫੋਇਆ ਕਰ ਲੈਂਦੇ ਨੇ ਰਾਈਟ ਫਰੀडम ऑफ ਇਨਫਰਮੇਸ਼ਨ ਐਮ ਇਹ ਉਹਨਾਂ ਦੀ ਫਾਈਲ ਹੋ ਸਕਦੀ ਹੈ ਨਾ ਜੇ ਕੋਈ ਜਾਣਨਾ ਚਾਵੇ ਵੀ ਉਹਨਾਂ ਨੇ ਕੀ ਇਨਵੈਸਟੀਗੇਸ਼ਨ ਸੀ ਕੀ ਸੀ ਹੁਣ ਕਿੰਨਾ ਟਾਈਮ ਤੁਹਾਨੂੰ ਲੱਗ ਜੇ ਉਹ ਫਾਈਲ ਮਿਲਣ ਵਿੱਚ ਉਹ ਯੂ ਨੋ ਮੈਂ ਕਹਿ ਨਹੀਂ ਸਕਦੀ ਉਹ ਕਿੰਨਾ ਟਾਈਮ ਲਾ ਲੈਣ ਜਾਂ ਕੋਈ ਹੋਰ ਰੀਜ਼ਨ ਵੀ ਹੋਵੇ ਤੇ ਜਿਹੜੇ ਬਾਕੀ ਐਕਸ਼ਨਸ ਦੀ ਗੱਲ ਹੈ ਉਹ ਰੀਅਲੀ ਹਰ ਇੱਕ ਫੈਮਿਲੀ ਤੇ ਜਿੱਦੇ ਜਿੱਦੇ ਤੇ ਇਹ ਇੰਪੈਕਟ ਹੋਇਆ ਕੋਈ ਅਸਰ ਹੋਇਆ ਸਾਰਿਆਂ ਦੀ ਸਿਚੁਏਸ਼ਨ ਥੋੜੀ ਡਿਫਰੈਂਟ ਹੈ ਕਿ ਉਹ ਕਿਸ ਪਾਸਿਓਂ ਲੀਗਲ ਐਕਸ਼ਨ ਦੇਖ ਸਕਦੇ ਨੇ ਜਾਂ ਨਹੀਂ ਲੈ ਸਕਦੇ ਜਾਂ ਯੂ نو ਕੋਈ ਹੋਰ ਆਲਰੇਡੀ ਚੀਜ਼ਾਂ ਚੱਲ ਰਹੀਆਂ ਨੇ ਸੋ ਜਿਹੜਾ ਉਹ ਥੋੜਾ ਜਿਹਾ ਡਿਫਰੈਂਟ ਵੀ ਹੈ ਤੇ ਉਹਦੀ ਓਵਰਆਲ ਸਲਾਹ ਦੇਣੀ ਵੀ ਥੋੜੀ ਮੁਸ਼ਕਲ ਹੈ ਯਾ ਯਾ I can imagine, um, and of course, it jo law enforcement uh, bodies han, um, you know, um, they're huge entities, bureaucracies. So just not to si ke you they very difficult. Asis um, you know, just in closing. Um, ਕੀ ਤੁਸੀਂ ਕਮਿਊਨਿਟੀ ਨੂੰ ਕੀ ਰეკਮੈਂਡੇਸ਼ਨਸ ਦੇਣਾ ਚਾਹੋਗੇ ਅਗਰ ਉਨ੍ਹਾਂ ਨੂੰ ਯੂ ਨੋ ਲੀਗਲੀ ਲੱਗਦਾ ਹੈ ਕਿ ਉਨ੍ਹਾਂ ਦੀ ਕਮਿਊਨਿਟੀ ਦੇ ਵਿੱਚ ਕੋਈ ਇਹੋ ਜਿਹਾ ਇੰਡੀਵਿਜੂਅਲ ਆ ਉਨ੍ਹਾਂ ਨੂੰ ਹੋਰ ਤਰ੍ਹਾਂ ਟ੍ਰੀਟ ਕਰ ਰਿਹਾ ਹੈ ਸ਼ਾਇਦ ਉਨ੍ਹਾਂ ਨੂੰ ਟਾਰਗੇਟ ਕਰ ਰਿਹਾ ਹੈ um because you know of course ਸਾਡੀ ਉਮੀਦ ਹੁੰਦੀ ਹੈ ਕਿ ਸਾਡੀ ਲਾਅਨ ਇਨਫੋਰਸਮੈਂਟ ਸਾਨੂੰ ਬਚਾਏ ਇਹ ਜੋ ਸਿਸਟਮਸ ਇੱਥੇ ਸੈੱਟ ਕੀਤੇ ਹੋਏ ਉਹ ਸਾਨੂੰ ਬਚਾਨ ਬਟ ਅਕਸਰ ਇਦਾਂ ਨਹੀਂ ਹੁੰਦਾ ਐਂਡ ਕਦੀਕਿਵਾਰ ਸਾਡੇ ਆਪ ਤੇ ਉਹ ਰਿਸਪੌਂਸਿਬਿਲਟੀ ਆ ਜਾਂਦੀ ਆ ਆਪ ਦਾ ਬਚਾ ਕਰਨ ਲਈ um ਕੀ ਤੁਸੀਂ ਰეკਮੈਂਡ ਕਰ ਸਕਦੇ ਹੋ ਕਮਿਊਨਿਟੀਆਂ ਲਈ ਨੇਸ਼ਨਵਾਈਡ ਜੋ ਤੁਹਾਨੂੰ ਸੁਣ ਰਿਹਾ ਵੇਖ ਰਿਹਾ ਹੈ ਅਗਰ ਉਹਨਾਂ ਨੂੰ ਲੱਗਦਾ ਹੈ ਉਹਨਾਂ ਦੀ ਆਪ ਦੇ ਯੂ ਨੋ ਨੈਟਵਰਕ ਦੇ ਵਿੱਚ ਕਮਿਊਨਿਟੀ ਦੇ ਵਿੱਚ ਕੁਝ ਇਹੋ ਜਿਹਾ ਹੋ ਰਿਹਾ ਹੈ proactive तौर ਤੇ ਉਹ ਕੀ ਕਰ ਸਕਦੇ ਕੀ ਉਹਨਾਂ ਨੂੰ ਵੇਖਣਾ ਚਾਹੀਦਾ ਅਬਜ਼ਰਵ ਕਰਨਾ ਚਾਹੀਦਾ ਹਾਂਜੀ ਐਕਚੁਅਲੀ ਮੈਂ ਕਲੋ징 ਵਿੱਚ ਦੋ ਚੀਜ਼ਾਂ ਕਵਾਂਗੀ ਇਫ ਦੈਟਸ ਆਲ ਰਾਈਟ ਇੱਕ ਜਿਹੜੀ ਆਪਾਂ ਪਹਿਲਾਂ ਥੋੜੀ ਗੱਲ ਕਰ ਰੇ ਸੀ ਵੀ ਮੈਂਟਲ ਹੈਲਥ ਬਾਇਸ ਬਾਇਸ ਮੋਟੀਵੇਸ਼ਨ ਟੂ ਟਾਕਸਿਕ ਮਸਕੁਲਿਨਿਟੀ ਦੀ ਇਹ ਕੋਰ ਕਿਹਾ ਲਾਇਆ ਸੀ ਵੀ ਅਪਰ ਬੜੀ ਵਰੀ ਇਦਾਂ ਦੇਖਦੇ ਆਂ ਵੀ ਜਿਹੜੇ ਕ੍ਰਾਈਮ ਹੁੰਦੇ ਨੇ ਜਿੰਨੂੰ ਕਹਿ ਲੋ ਮਿਕਸਡ ਮੋਟਿਵ ਹਿੱਗ ਕ੍ਰਾਈਮਸ ਟੂ ਬਾਇਸ ਕ੍ਰਾਈਮਸ ਹੁੰਦੇ ਨੇ ਉਹ ਬੜੀ ਬੜੀ ਇਗਨੋਰ ਹੋ ਜਾਂਦੇ ਨੇ ਕਿਉਂਕਿ ਵਿੱਚ ਅਦਰ ਇਸ਼ੂਜ਼ ਵੀ ਹੁੰਦੇ ਨੇ ਜਿਹੜੇ ਕਨਵਰਸੇਸ਼ਨ ਨੂੰ ਡੋਮਿਨੇਟ ਕਰ ਲੈਂਦੇ ਨੇ ਤੇ ਸਾਨੂੰ ਉਸ ਗੱਲ ਤੋਂ ਵੀ ਧਿਆਨ ਰੱਖਣਾ ਚਾਹੀਦਾ ਵੀ ਸਾਰੀਆਂ ਗੱਲਾਂ ਤੇ ਇਕੁਅਲੀ ਫੋਕਸ ਕੀਤਾ ਜਾਏ ਤਾਂ ਕਿ ਆਪਾਂ ਐਕਚੁਅਲੀ ਸਮਝ ਸਕੀਏ ਵੀ ਕੋਈ ਹਾਦਸਾ ਕਿਉਂ ਹੋਇਆ ਸੀ ਕਿਸ ਗੱਲ ਕਾਰਨ ਹੋਇਆ ਸੀ ਤੇ ਸਾਡਾ ਵੀ ਇਹ ਮੰਨਣਾ ਵੀ ਯੂ نو ਇਟਸ ਇੰਪੋਰਟੈਂਟ ਕਿ ਆਪਕ ਰੈਕਨੋਲਜ ਕਰੀਏ ਵੀ bias motivation bhi ho sakdi hai in addition to things you know linking mental health issues or toxic masculinity sara kuch ek hi time te sach te true ho sakda the jehdi tusi dusri gal puchhi si bhi apna apne layi ki kar sakde ha thoda apna ek tarah na tusi kehya bhi apna bachav karan layi right sano definitely dhyan rakhna chahida apni surroundings da bhi ਕੰਮ ਤੇ ਕੀ ਚੱਲ ਰਿਹਾ ਹੈ ਜੇ ਤੁਹਾਨੂੰ ਲੱਗਦਾ ਵੀ ਥੋੜੀ ਬਹੁਤੀ ਗੱਲ ਹੈਗੀ ਕਿਉਂਕਿ ਜ਼ਰੂਰੀ ਨਹੀਂ ਹੁੰਦਾ ਵੀ ਕੋਈ ਤੁਹਾਡੇ ਮੂੰਹ ਤੇ ਆ ਕੇ ਕਹਿ ਦੇਵੇ ਵੀ ਤੂੰ ਯੂ نو ਕਿੱਥੋਂ ਆਈ ਹੈ ਇਹ ਤੁਹਾਡੇ ਵਾਲ ਕਾਲੇ ਕਿਉਂ ਨੇ ਸਕਿਨ ਕਿਉਂ ਬਰਾਊਨ ਹੈ ਐਦਾਂ ਵੀ ਹੋ ਸਕਦਾ ਵੀ ਤੁਹਾਨੂੰ ਪ੍ਰੋਮੋਸ਼ਨ ਨਹੀਂ ਦਿੰਦੇ ਰਾਈਟ ਸੱਤ ਸਾਲ ਹੋ ਗਏ ਇੱਕ ਜੌਬ ਤੇ ਕੰਮ ਕਰਦੇ ਹੋ ਤੁਹਾਨੂੰ ਪ੍ਰੋਮੋਸ਼ਨ ਨਹੀਂ ਦਿੰਦੇ ਜਾਂ ਤੁਹਾਨੂੰ ਹੋਰ ਆਪਰਚੂਨਿਟੀਆਂ ਨਹੀਂ ਦਿੰਦੇ ਸੋ ਇਹ ਦੇਖਣਾ ਜ਼ਰੂਰੀ ਹੈ ਵੀ ਯੂ نو ਕੱਡੇ ਕੰਮ ਤੇ ਕੀ ਹੋ ਰਿਹਾ ਜਦੋਂ ਤੁਸੀਂ ਆਸ-ਪਾਸੇ ਜਾਂਦੇ ਹੋ ਕੀ ਹੋ ਰਿਹਾ ਤੁਹਾਨੂੰ ਰੈਸਟੋਰੈਂਟ ਵਿੱਚ ਆਨ ਦੇ ਰਹੇ ਨੇ ਕਿ ਨਹੀਂ ਆਨ ਦੇ ਰਹੇ ਜਾਂ ਤੁਸੀਂ ਟਰੈਵਲ ਕਰਦੇ ਹੋ ਤਾਂ ਤੁਹਾਨੂੰ ਕਿਵੇਂ ਟਰੀਟ ਕਰ ਰਹੇ ਨੇ ਇਹ ਪਰ ਇਹਨਾਂ ਗੱਲਾਂ ਨੂੰ ਰੀਅਲਾਈਜ਼ ਕਰਨ ਲਈ ਵੀ ਸਾਨੂੰ ਆਪਣੇ ਹੱਕਾਂ ਦੀ ਜਾਣਕਾਰੀ ਹੋਣੀ ਜ਼ਰੂਰੀ ਚਾਹੀਦੀ ਹੈ ਤਾਂ ਹੀ ਅਸੀਂ ਆਪਣੇ ਆਪ ਲਈ ਖੜੇ ਹੋ ਸਕਦੇ ਹਾਂ ਤੇ ਆਪਣੀ ਆਵਾਜ਼ ਉਠਾ ਸਕਦੇ ਹਾਂ ਆਪਣੇ ਲਈ ਤੇ ਹੋਰਾਂ ਲਈ ਵੀ ਤਾਂਕਿ ਅੱਦਾਂ ਦੀ ਅਨਿਆਇ ਕਿਸੇ ਨਾਲ ਨਾ ਹੋਣ absolutely especially jo saadi agli peedi hai um unna de naal ehoji cheeza na hon because assi sare ithhe aake settle hoye hain um te hun eh eh vi saada mulk hai right um so I'm, i'm so glad that's a wonderful message that nal to si um closing kiti appreciate that once again six coalition hamesha ਆਮ ਸਿੱਖ ਕਮਿਊਨਿਟੀ ਦੇ ਹੱਕਾਂ ਲਈ ਲੜਦਾ ਹੈ ਮੈਂ ਕਹਾਂਗੀ ਸਾਰੀ ਕਮਿਊਨਿਟੀਆਂ ਦੀ ਹੱਕਾਂ ਲਈ ਲੜਦਾ ਹੈ ਜਿਨ੍ਹਾਂ ਦੇ ਨਾਲ ਵਿਤਕਰਾ ਹੋ ਰਿਹਾ ਅਪਰੀਸ਼ੀਏਟ ਯੂਰ ਵਰਕ ਐਂਡ ਅਸੀਸ ਜੀ ਆਈ ਨੋ ਯੂ ਹੈਡ ਅ ਵੈਰੀ ਲੌਂਗ ਡੇ ਤੁਹਾਡੀ ਕਾਫੀ ਲੰਬੀ ਡਰਾਈਵ ਸੀਗੀ ਤੁਸੀਂ ਇਨਨਾਪਲਿਸ ਡਰਾਈਵ ਕਰਕੇ ਗਏ ਵਾਪਸ ਡਰਾਈਵ ਕਰਕੇ ਆਏ ਐਂਡ ਨਾਓ ਯੂ ਟੁਕ ਦ ਟਾਈਮ ਟੂ ਜੁਆਇਨ ਅਸ ਅਪਰੀਸ਼ੀਏਟ ਥੈਟ ਹੈਵ ਅ ਗੁੱਡ ਰੈਸਟ ਆਫ ਯੂਰ ਈਵਨਿੰਗ ਸਤਿ ਸ਼੍ਰੀ ਅਕਾਲ ਥੈਂਕ ਯੂ ਸਤਿ ਸ਼੍ਰੀ ਅਕਾਲ ਜੀ ਆਮ ਇੱਥੇ ਇੱਕ ਛੋਟੀ ਜੀ ਬ੍ਰੇਕ ਲਈ ਰੁਕਦੇ ਆ ਬ੍ਰੇਕ ਤੋਂ ਬਾਅਦ ਹੋਰ ਜਾਣਕਾਰੀ ਤੁਹਾਨੂੰ ਨਾਲ ਸ਼ੇਅਰ ਕਰਾਂਗੇ ਡੋਮੈਸਟਿਕ ਟੈਰੋਰਿਜ਼ਮ ਦੇ ਕੇਸਸ ਨੂੰ ਲੈ ਕੇ ਕਿਸ ਤਰ੍ਹਾਂ ਇਸ ਕੰਟਰੀ ਦੇ ਵਿੱਚ ਵੱਧ ਰਿਹਾ ਹੈ ਤੇ ਕੀ ਤੁਸੀਂ ਕਰ ਸਕਦੇ ਹੋ ਆਪਣੇ ਆਪ ਨੂੰ ਪ੍ਰੋਟੈਕਟ ਕਰਨ ਲਈ ਆਮ ਇੱਕ ਯੂਨਿਟੀ ਕ੍ਰੀਏਟ ਕਰਨ ਲਈ ਮਿਲਦੇ ਹਾਂ ਬ੍ਰੇਕ ਤੋਂ ਬਾਅਦ ਸਾਰਦਾ ਸਵਾਗਤ ਤੁਸੀਂ ਦੇਖ ਰਹੇ ਹੋ ਪ੍ਰੋਗਰਾਮ ਅੱਜ ਦਾ ਮੁੱਦਾ ਗੱਲ ਹੋ ਰਹੀ ਹੈ ਡੋਮੈਸਟਿਕ ਟੈਰੋਰਿਜ਼ਮ ਦੀ ਬਟ ਗੱਲ ਇੱਥੇ ਹੀ ਨਹੀਂ ਰੁਕਦੀ ਡੋਮੈਸਟਿਕ ਟੈਰੋਰਿਜ਼ਮ ਕੋਈ ਇੱਕ ਆਈਸੋਲੇਟਿਡ ਚੀਜ਼ ਤਾਂ ਹੈਗੀ ਨਹੀਂ ਅਮ ਜਿਸ ਤਰ੍ਹਾਂ ਅਸੀਸ ਕੋਰ ਜੀ ਸਾਨੂੰ ਦੱਸ ਰਹੇ ਸੀ ਜਿਸ ਤਰ੍ਹਾਂ ਸਿੱਖ ਕੋਲੀਸ਼ਨ ਦਾ ਕੰਮ ਕਮਿਊਨਿਟੀ ਦੇ ਨਾਲ ਉਹਨਾਂ ਨੂੰ ਦੱਸਦਾ ਹੈ ਕਿ ਜਦੋਂ ਇਹੋ ਜੇ ਹਾਦਸੇ ਹੁੰਦੇ ਆ ਭਾਵੇਂ ਉਹ ਸਾਡੀ ਕਮਿਊਨਿਟੀ ਦੇ ਨਾਲ ਹੋਏ ਕਿਸੇ ਵੀ ਕਮਿਊਨਿਟੀ ਦੇ ਨਾਲ ਹੋਣ ਉਹਦੇ ਵਿੱਚ ਮਲਟੀਪਲ ਚੀਜ਼ਾਂ ਇਨਵੋਲਡ ਹੁੰਦੀਆਂ ਚਾਹੇ ਉਹ ਤੁਹਾਡੀ ਮੈਂਟਲ ਹੈਲਥ ਹੋਵੇ ਮਾਨਸਿਕ ਤੌਰ ਤੇ ਤੁਹਾਨੂੰ ਕੋਈ ਬਿਮਾਰੀ ਕੋਈ ਤਕਲੀਫ ਹੈਗੀ ਚਾਹੇ ਉਹ ਤੁਹਾਡੀ ਕੋਈ ਬਾਇਸ ਹੋਏ ਕੋਡਾ ਕੋਈ ਵਿਤਕਰਾ ਹੋਏ ਕਿਸੇ ਇੱਕ ਕਮਿਊਨਿਟੀ ਇੱਕ ਲੋਕਾ ਇੱਕ ਗਰੁੱਪ ਦੇ ਨਾਲ ਜਾਂ ਤੁਹਾਡੀ ਕੋਈ ਯੂ ਨੋ ਇਹੋ ਜੀ ਇੰਟention ਹੈਗੀ ਆਈਡੀਓਲੋਜੀ ਕਰਕੇ ਕਿ ਤੁਸੀਂ ਵੱਡੇ ਲੈਵਲ ਤੇ ਨੁਕਸਾਨ ਪਹੁੰਚਾਣਾ ਹੈ ਜਿਸ ਤਰ੍ਹਾਂ ਵਾਂਸ ਅਗੇਨ ਡੋਮੈਸਟਿਕ ਟਰੋਰਿਜ਼ਮ ਦੀ ਕਲਾਸੀਫਿਕੇਸ਼ਨ ਹੈਗੀ ਸੋ ਇਸ ਸਾਰੀ ਕਨਵਰਸੇਸ਼ਨ ਦੇ ਵਿੱਚ ਕੀ ਅਸੀਂ ਕੀ ਅਸੀਂ ਕੀ ਕਰ ਸਕਦੇ ਹਾਂ आई I मीन mean, um ਕਦੀ ਕਵਾਰਤਾ ਇਹੋ ਜੀ ਸਟੋਰੀਜ਼ ਸੁਣ ਕੇ ਲੱਗਦਾ ਹੈ ਕਿ ਇੱਕ ਇੰਡੀਵਿਜੂਅਲ ਕੀ ਕਰ ਸਕਦਾ ਹੈ ਤੁਹਾਡੇ ਕੋਲ ਕੋਈ ਪਾਵਰ ਨਹੀਂ ਹੈ ਬਟ ਦੈਟਸ ਨਾਟ ਟਰੂ ਇਸ ਮੁਲਕ ਦੇ ਵਿੱਚ ਜਿਸ ਤਰ੍ਹਾਂ ਪ੍ਰੋਗਰਾਮ ਦੀ ਸ਼ੁਰੂਆਤ ਵਿੱਚ ਆਪਾਂ ਗੱਲ ਕੀਤੀ ਸੀ ਇਸ ਮੁਲਕ ਦੀ ਸਭ ਤੋਂ ਵੱਡੀ ਸਭ ਤੋਂ ਵਧੀਆ ਖਾਸੀਅਤ ਕੀ ਹੈਗੀ ਇਟਸ ਅ ਡੈਮੋਕਰਸੀ ਇੱਥੇ ਡੈਮੋਕਰੇਸੀ ਮਾਇਨੇ ਰੱਖਦੀ ਹੈ ਇੱਥੇ ਤੁਹਾਡੀ ਵੋਟ ਮਾਇਨੇ ਰੱਖਦੀ ਹੈ ਇੱਥੇ ਤੁਸੀਂ ਆਪਣੇ ਪੋਲੀਟਿਸ਼ੀਅਨਸ ਨੂੰ ਇਨਫਲੂਐਂਸ ਕਰ ਸਕਦੇ ਹੋ ਖਾਸ ਕਰਕੇ ਤੁਸੀਂ ਵੱਡੀ ਗਿਣਤੀ ਵਿੱਚ ਉਹਨਾਂ ਦੇ ਕੋਲ ਜਾਓ ਇੱਕ ਜੁੱਟ ਹੋ ਕੇ ਜਾਓ ਇੱਥੇ ਪੈਸਾ ਵੀ ਇਨਫਲੂਐਂਸ ਕਰ ਸਕਦਾ ਪੋਲੀਟਿਸ਼ੀਅਨਸ ਨੂੰ ਲੇਕਿਨ ਉਸ ਤਰ੍ਹਾਂ ਨਹੀਂ ਜਿਸ ਤਰ੍ਹਾਂ ਸਾਨੂੰ ਇੰਡੀਆ ਵਿੱਚ ਆਦਤ ਪਈ ਹੋਈ ਹੈ ਟੇਬਲ ਦੇ ਥੱਲੇ ਇਥੇ ਤੁਸੀਂ ਆਪਣੀ ਡੋਨੇਸ਼ਨਸ ਸਹੀ ਤਰੀਕੇ ਨਾਲ ਇਸਤੇਮਾਲ ਕਰਕੇ ਪੋਲੀਟੀਸ਼ੀਅਨਸ ਨੂੰ ਦੱਸ ਸਕਦੇ ਹੋ ਕਿ ਮੈਂ ਤੈਨੂੰ ਆਪਣੀ ਡੋਨੇਸ਼ਨ ਤਦ ਹੀ ਦਵਾਂਗਾ ਜਦੋਂ ਇਸ ਇਸ਼ੂ ਤੇ ਯੂ ਆਰ ਗੋਇੰ ਟੂ ਐਕਟ ਦ ਵੇ ਆਈ ਵਾਂਟ ਯੂ ਟੂ ਦ ਵੇ ਆਈ ਨੀਡ ਯੂ ਟੂ ਦ ਵੇ ਮਾਈ ਕਮਿਊਨਿਟੀ ਨੀਡਸ ਯੂ ਟੂ ਜਦੋਂ ਡੋਮੈਸਟਿਕ ਟੈਰੋਰਿਜ਼ਮ ਦੀ ਗੱਲ ਆਉਂਦੀ ਹੈ ਇੱਕ ਰੀਸੈਂਟ ਰਿਪੋਰਟ ਇੱਕ ਸਿੰਪਲ ਸੋਲੂਸ਼ਨ ਆਫਰ ਕਰਦੀ ਹੈ ਜੋ ਬਹੁਤ ਚੀਜ਼ਾਂ ਲਈ ਇੱਕ ਸਿੰਪਲ ਸੋਲੂਸ਼ਨ ਹੋ ਸਕਦਾ ਹੈ ਇਸ ਮੁਲਕ ਦੇ ਵਿੱਚ ਬਹੁਤ ਕੰਟਰੋਵਰਸ਼ਲ ਚੀਜ਼ ਹੈ ਬਟ ਪਾਵੇਂ ਡੋਮੈਸਟਿਕ ਟੈਰੋਰਿਜ਼ਮ ਹੋਏ ਪਾਵੇਂ ਮਾਸ ਸ਼ੂਟਿੰਗਸ ਹੋਏ ਜਿਸ ਤਰ੍ਹਾਂ ਫੈਡੈਕਸ ਦੀ ਸ਼ੂਟਿੰਗ ਸੀਗੀ ਜਿਸ ਤਰ੍ਹਾਂ ਵਿਸਕੌਨਸਿਨ ਸਿੱਖ ਟੈਂਪਲ ਦੀ ਸ਼ੂਟਿੰਗ ਸੀਗੀ ਇਹੋ ਜੀ ਮਾਸ ਸ਼ੂਟਿੰਗਸ ਦੀ ਤੇ ਡੋਮੈਸਟਿਕ ਟਰੋਰਿਜ਼ਮ ਦੋਨੋਂ ਪ੍ਰੋਬਲਮਸ ਦਾ ਹੱਲ ਹੋ ਸਕਦਾ ਹੈ ਸਿੰਪਲ ਰਿਡਿਊਸ ਐਕਸੈਸ ਟੂ ਫਾਇਰਆਰਮਸ ਜੋ ਲੋਕੀ ਜਾ ਕੇ ਵੱਡੀ ਬੰਦੂਕਾਂ ਲੈਂਦੇ ਆ ਉਹਨਾਂ ਤੇ پابੰਦੀਆਂ ਹੋਣੀਆਂ ਚਾਹੀਦੀਆਂ ਉਹਨਾਂ ਤੇ ਬੈਕਗ੍ਰਾਉਂਡ ਚੈਕਸ ਹੋਣ ਉਹਨਾਂ ਦੀ ਮੈਂਟਲ ਹੈਲਥ ਐਵੈਲੂਏਸ਼ਨ ਹੋਵੇ ਐਂਡ ਜੋ ਉਹਨਾਂ ਨੂੰ ਬੰਦੂਕਸ ਦਿੱਤੀਆਂ ਜਾ ਰਹੀਆਂ ਵੇਚੀਆਂ ਜਾ ਰਹੀਆਂ ਉਹਦੇ ਵਿੱਚ ਕੁਝ ਲਿਮਿਟੇਸ਼ਨਸ ਹੋਣ ਕਿਉਂ ਇਸ ਕੰਟਰੀ ਦੇ ਵਿੱਚ ਕੋਈ ਵੀ ਜਾ ਕੇ ਬਿਨਾ ਕਿਸੇ ਕਾਗਜ਼ ਦੇ ਡਿਪੈਂਡਿੰਗ ਔਨ ਦ ਸਟੇਟ ਹਰ ਇੱਕ ਸਟੇਟ ਦੇ ਲਾਜ਼ ਵੱਖਰੇ ਹੁੰਦੇ ਆ ਬਿਨਾ ਕਾਗਜ਼ ਦੇ ਇੱਕ ਅਸॉल्ट ਰਾਈਫਲ ਲੈ ਸਕਦਾ ਹੈ ਇੱਕ ਰਾਈਫਲ ਜਿਸ ਤਰ੍ਹਾਂ ਫੈਡੈਕਸ ਫੈਸਿਲਿਟੀ ਦੇ ਵਿੱਚ ਜੋ ਬੰਦੂਕ ਇਸਤੇਮਾਲ ਕੀਤੀ ਸੀ ਉਸ ਬੰਦੂਕ ਵਿੱਚੋਂ ਗੋਲੀ ਇਟਸ ਲਾਈਕ ਇੱਕ ਸੈਕਿੰਡ ਦੇ ਵਿੱਚ ਇੱਕ ਇੱਕ ਗੋਲੀ ਨਿਕਲਦੀ ਹੈ 1 ਮਿੰਟ ਦੇ ਵਿੱਚ 60 ਗੋਲੀਆਂ ਤੁਸੀਂ ਸੋਚ ਸਕਦੇ ਹੋ ਕਿ ਕਿੰਨਾ ਕੁ ਡੈਮੇਜ ਕਿੰਨਾ ਨੁਕਸਾਨ ਹੋ ਸਕਦਾ ਹੈ ਅਗਰ ਕੋਈ ਇੰਡੀਵਿਜੂਅਲ ਦਿਮਾਗੀ ਤੌਰ ਤੇ ਸਹੀ ਜਗ੍ਹਾ ਤੇ ਨਹੀਂ ਹੈ ਜਾਂ ਉਹ ਕਿਸੇ ਆਈਡੀਓਲੋਜੀ ਦੇ ਨਾਲ ਜੁੜੇ ਹੋਏ ਹੈ ਉਹ ਕੋਈ ਵੱਡੇ ਲੈਵਲ ਤੇ ਨੁਕਸਾਨ ਪਹੁੰਚਾਉਣਾ ਚਾਹੁੰਦੇ ਹੈ ਆਪਣੀ ਕਮਿਊਨਿਟੀ ਦੇ ਵਿੱਚ ਇਸ ਸੋਸਾਇਟੀ ਦੇ ਵਿੱਚ ਸੋ ਵਾਂਸ ਅਗੇਨ ਇਸ ਸਿੰਪਲ ਸੋਲੂਸ਼ਨ ਹੈ ਬਟ ਇਹਦੇ ਲਈ ਤੁਸੀਂ ਕੀ ਕਰ ਸਕਦੇ ਹੋ ਅਗਰ ਤੁਸੀਂ ਇਸ ਚੀਜ਼ ਦੇ ਵਿੱਚ ਕੋਈ ਚੇਂਜ ਲੈ ਕੇ ਆਉਣਾ ਚਾਹੁੰਦੇ ਹੋ ਤੁਹਾਡਾ ਰੋਲ ਸਿੰਪਲ ਹੈ ਇੱਕ ਸਿਟੀਜ਼ਨ ਇਸ ਕੰਟਰੀ ਦੇ ਇੱਕ ਰੈਜ਼ੀਡੈਂਟ ਹੋਣ ਦੇ ਨਾਤੇ ਤੁਸੀਂ ਆਪਣੇ ਇਲੈਕਟਿਡ ਅਫੀਸ਼ੀਅਲਸ ਨੂੰ ਅਪੀਲ ਕਰੋ ਕਿ ਸਾਨੂੰ ਗਨ ਲਾਜ਼ ਤੇ ਕੁਝ ਐਕਸ਼ਨ ਚਾਹੀਦਾ ਹੈ ਤੁਹਾਡੇ ਆਪ ਦੇ ਬਿਲੀਫਸ ਜੋ ਵੀ ਹੋਣ ਭਾਵੇਂ ਤੁਸੀਂ ਕੰਜ਼ਰਵੇਟਿਵ ਹੋ ਪ੍ਰੋਗਰੈਸਿਵ ਹੋ ਰਿਪਬਲਿਕਨ ਡੈਮੋਕ੍ਰੇਟ ਸਾਰਿਆਂ ਦਾ ਇਹ ਇਸ਼ੂ ਸਾਂਝਾ ਹੈ बिकॉज़ ਜਦੋਂ ਕੋਈ ਬੰਦੂਕ ਲੈ ਕੇ ਕਿਸੇ ਸਟੋਰ ਦੇ ਵਿੱਚ ਕਿਸੇ ਸਕੂਲ ਦੇ ਵਿੱਚ ਕਿਸੇ ਗੁਰਦੁਆਰੇ ਦੇ ਵਿੱਚ ਕਿਸੇ ਆਫਿਸ ਦੇ ਵਿੱਚ ਜਾਂਦਾ ਹੈ ਉਹ ਇਹ ਨਹੀਂ ਪੁੱਛਦਾ ਤੁਸੀਂ ਡੈਮੋਕ੍ਰੇਟ ਹੋ ਰਿਪਬਲਿਕਨ ਹੋ ਉਹ ਗੋਲੀ ਸਾਰਿਆਂ ਦੀ ਸਾਂਝੀ ਹੁੰਦੀ ਹੈ ਇਸ ਕਰਕੇ ਇਹ ਇਸ਼ੂ ਵੀ ਇਹ ਮਸਲਾ ਇਹ ਮੁੱਦਾ ਸਾਡਾ ਸਾਰਿਆਂ ਦਾ ਸਾਂਝਾ ਹੋਣਾ ਚਾਹੀਦਾ ਹੈ ਤੁਸੀਂ ਜ਼ਰੂਰ ਆਪ ਦੇ ਇਲੈਕਟਿਡ ਅਫੀਸ਼ੀਅਲਸ ਨੂੰ ਅਪੀਲ ਕਰੋ ਕਿ ਗਨ ਲਾਜ਼ ਦੇ ਵਿੱਚ ਸਾਨੂੰ ਐਕਸ਼ਨ ਚਾਹੀਦਾ ਹੈ ਸ਼ਾਇਦ ਉਹਦੇ ਨਾਲ ਕੋਈ ਪੋਜ਼ਿਟਿਵ ਇਮਪੈਕਟ ਕੋਈ ਪ੍ਰੋਗਰੈਸ ਹੋਏ ਇਸ ਇਸ਼ੂ ਦੇ ਵਿੱਚ ਅਮ ਇਹਦੇ ਨਾਲ ਹੀ ਅੱਜ ਦੀ ਪ੍ਰੋਗਰਾਮ ਦੀ ਸਮਾਪਤੀ ਕਰਦੇ ਹਾਂ ਸਾਡੇ ਲਈ ਸਾਡੇ ਗੈਸਟ ਲਈ ਇੰਡੀਆ ਨੈਪੂਲਿਸ ਦੀ ਜੋ ਫੈਡਿਕ ਸ਼ੂਟਿੰਗ ਹੈ ਉਸ ਅਮ ਇਸ਼ੂ ਬਾਰੇ ਕੋਈ ਕੁਐਸ਼ਨਸ ਕਮੈਂਟਸ ਕਨਸਰਨਸ ਜਰੂਰ ਸਾਨੂੰ ਲਿਖ ਸਕਦੇ ਹੋ info@broadcasting.com aajmitarjustbroadcasting.com ਹੁਣ ਮਨ ਨੂੰ ਦਿਓ ਇਜਾਜ਼ਤ ਸਤਿ ਸ਼੍ਰੀ ਅਕਾਲ